ਸਵਾਗਤ ਹੈ ਜੀ ਇੱਕ ਵਾਰ ਫੇਰ ਤੁਹਾਡਾ ਜਸ ਪੰਜਾਬੀ ਦੇ ਸ਼ੋਅ ਫਾਇਰ ਲਾਈਨ ਦੇ ਵਿੱਚ ਔਰ ਸਭ ਤੋਂ ਪਹਿਲਾਂ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਰਵਾਨ ਹੋਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਇਸ ਵੇਲੇ ਜਿਹੜੀਆਂ ਖਾਸ ਚਰਚਾਵਾਂ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਜਿਹੜੀਆਂ ਹੋ ਰਹੀਆਂ ਨੇ ਔਰ ਇਹਦੇ ਵਿੱਚ ਅੱਜ ਦੇ ਇਸ ਫਾਇਰ ਲਾਈਨ ਦੇ ਵਿੱਚ ਅਸੀਂ ਸੱਦਾ ਦਿੱਤਾ ਜੀ ਵੈਸੇ ਸਿੱਖਿਆ ਦੇ ਖੇਤਰ ਦੇ ਵਿੱਚੋਂ ਰਿਟਾਇਰਡ ਨੇ ਰਾਜਨੀਤਕ ਟਿੱਪਣੀਕਾਰ ਜਿਹੜਾ ਜੀ ਉਹ ਮੰਨੇ ਜਾਂਦੇ ਨੇ ਪੰਜਾਬ ਦੇ ਵਿੱਚ ਔਰ ਸੋਸ਼ਲ ਮੀਡੀਆ ਦੇਤੇ ਵੀ ਬੜੇ ਐਕਟਿਵ ਨੇ ਤਿੱਖੀਆਂ ਟਿੱਪਣੀਆਂ ਹੁੰਦੀਆਂ ਨੇ ਜਦੋਂ ਤਿੱਖੀਆਂ ਹੁੰਦੀਆਂ ਤਾਂ ਫਿਰ ਉਹ ਚੁੱਭਦੀਆਂ ਵੀ ਆ ਜਣੀਆਂ ਜੀ ਉਹ ਕਈ ਵਾਰੀ ਬੇਬਾਕੀ ਦੇ ਨਾਲ ਗੱਲ ਕਹਿਣ ਵਾਲੇ ਜਿਹੜੇ ਕੁਝ ਲੋਕ ਅਜੇ ਵੀ ਪੰਜਾਬ ਦੇ ਵਿੱਚ ਵਿਚਰਦੇ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਜੀ ਮਾਲਵਿੰਦਰ ਸਿੰਘ ਮਾਲੀ ਜੀ ਜੀ ਆਇਆਂ ਨੂੰ ਜੀ ਪ੍ਰੋਗਰਾਮ 'ਚ ਸਤਿ ਸ਼੍ਰੀ ਅਕਾਲ ਜੀ ਸਤਿ ਅਕਾਲ ਜੀ ਬਹੁਤ ਮਿਹਰਬਾਨੀ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਇਹ ਤੋਂ ਪਹਿਲਾਂ ਕਿ ਆਪਾਂ ਜਿਹੜੀ ਗੱਲਬਾਤ ਉਹ ਕਰੀਏ ਮੈਂ ਬਰੀਫਲੀ ਹਮੇਸ਼ਾ ਜਿਹੜੇ ਵੀ ਗੈਸਟ ਨੇ ਜਿਉਂ ਉਹਨਾਂ ਤੋਂ ਜਾਣਨਾ ਚਾਹੁੰਦਾ ਥੋੜਾ ਜਿਹਾ ਤੁਹਾਡਾ ਸਫ਼ਰ ਅੱਜ ਤਾਂ ਤੁਸੀਂ ਰਾਜਨੀਤਿਕ ਟਿੱਪਣੀਕਾਰ ਦੇ ਤੌਰ ਦੇ ਉੱਤੇ ਮੇਰੇ ਨਾਲ ਬੈਠੇ ਹੋ ਪਰ ਕਿਉਂਕਿ ਸਿੱਖਿਆ ਦੇ ਖੇਤਰ ਦੇ ਵਿੱਚ ਤੁਸੀਂ ਜਿਹੜਾ ਜੀ ਉਹ ਆਏ ਹੋ ਔਰ ਇਹ ਉਹ ਖੇਤਰ ਆ ਜੀ ਜਿਹਦੇ ਵਿੱਚ ਮੈਂ ਕਹਿੰਦਾ ਕਿ ਇਹ ਸਮਾਜ ਘਾੜੇ ਲੋਕ ਹੁੰਦੇ ਨੇ ਜਿਨ੍ਹਾਂ ਦੀ ਸੋਚਣ ਦਾ ਜਿਹੜਾ ਨਜ਼ਰੀਆ ਉਹ ਬਿਲਕੁਲ ਬਾਕੀਆਂ ਨਾਲੋਂ ਥੋੜਾ ਜਿਹਾ ਜਿਹੜਾ ਉਹ ਡਿਫਰੈਂਟ ਹੁੰਦਾ ਕਿਉਂਕਿ ਉਹ ਡਿਫਰੈਂਟ ਐਂਗਲ ਤੋਂ ਦੇਖਦੇ ਨੇ ਕਿ ਸੋਸਾਇਟੀ ਨਿਗਾਰ ਵੱਲ ਨੂੰ ਜਾ ਰਹੀ ਆ ਆਹਾਂ ਚੀਜ਼ਾਂ ਜਿਹੜੀਆਂ ਹੋ ਸਕਦੀਆਂ ਨੇ ਇਹਦਾ ਤੁਹਾਡੀ ਖਾਸੀਅਤ ਹੈ ਤੁਸੀਂ ਉਸ ਖੇਤਰ ਦੇ ਵਿੱਚੋਂ ਆਏ ਹੋ ਪਰ ਉੱਥੋਂ ਆਉਂਦਿਆਂ ਆਉਂਦਿਆਂ ਜਿਹੜਾ ਮਾਸਟਰ ਤਮਕਰ ਨਾਲ ਜੀ ਉਹ ਤਕਰੀਬਨ ਚੁੱਪ ਕਰਕੇ ਸਾਈਡ ਤੇ ਗੱਲਾਂ ਕਰਦਾ ਪਰ ਤੁਸੀਂ ਉਹਨਾਂ ਚੋਂ ਨਹੀਂ ਹੋ ਤੁਸੀਂ ਆਪਣੀ ਗੱਲ ਜਿਹੜੀ ਉਠੋ ਕੇ ਵਜਾ ਕੇ ਜਿਹੜਾ ਉਹ ਕਹਿ ਦਿੰਦੇ ਹੋ ਇੱਥੇ ਤੱਕ ਆਉਂਦਿਆਂ ਆਉਂਦਿਆਂ ਕਿਵੇਂ ਰਿਹਾ ਜੀ ਸਫ਼ਰ ਸਫ਼ਰ ਇਸ ਤਰ੍ਹਾਂ ਰਿਹਾ ਜੀ ਮੈਂ ਵਿਦਿਆਰਥੀ ਵੇਲੇ ਤੋਂ ਹੀ ਸਟੂਡੈਂਟਸ ਆਗੂਆਂ ਦੇ ਵਿੱਚ ਸ਼ਾਮਲ ਸੀ ਰੁਪਦਰਮਨ ਕਾਲਜ ਨਾਬੇ ਜਦੋਂ ਮੈਂ ਪੜ੍ਹਦਾ ਸੀ ਐਮਰਜੈਂਸੀ ਦੇ ਖਿਲਾਫ ਅਸੀਂ ਚੋਰੀ-ਚੋਰੀ ਨਾਰੇ ਲਿਖਦੇ ਹੁੰਦੇ ਲੀਫਲੈਟ ਵੰਡਦੇ ਹੁੰਦੇ ਫਿਰ ਮੈਂ ਰਜਿੰਦਰਾ ਕਾਲਜ ਬਠਿੰਡਾ ਜਾ ਕੇ ਦਾਖਲਾ ਲਿਆ ਪ੍ਰਥੀਪਾਲ ਸਿੰਘ ਰੰਧਾਵਾ ਜੋ ਬਹੁਤ ਵੱਡੇ ਆਗੂ ਸੀ ਵਿਦਿਆਰਥੀ ਲਹਿਰ ਦੇ ਹਾਂ ਉਹਨਾਂ ਦੇ ਮਰਡਰ ਤੋਂ 10 ਦਿਨ ਪਹਿਲਾਂ ਉਹਨਾਂ ਦੀ ਥਾਂ ਮੈਨੂੰ ਜਰਨਲਿਸਟ ਕਤਰ ਚੁਣਿਆ ਗਿਆ ਅੱਛਾ ਜੀ ਹਾਂ ਜੀ ਫਿਰ ਮੈਂ ਵਿਦਿਆਰਥੀ ਲਹਿਰ ਦੇ ਵਿੱਚ ਕੰਮ ਕੀਤਾ ਉਸ ਤੋਂ ਬਾਅਦ ਮੈਂ ਇੱਕ ਪੇਪਰ ਕੱਢਦਾ ਰਿਹਾ ਜਨਤਕ ਪੈਗਾਮ ਪਿਛਲੇ ਸਮੇਂ ਦੇ ਵਿੱਚ ਜਸਟਿਸ ਬੈਂਸ ਨਾਲ ਮੈਂ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ 'ਚ ਕੰਮ ਕੀਤਾ 1997 'ਚ ਮੈਨੂੰ ਫਿਰ ਸਰਕਾਰੀ ਨੌਕਰੀ ਚਾਣਨ ਦਾ ਮੌਕਾ ਮਿਲ ਗਿਆ ਜੀ ਇਸ ਕਰਕੇ ਪ੍ਰਾਣੀ ਜਿਹੜੀ ਵੈਂਟ ਆਫ ਮਾਈਂਡ ਬਣਿਆ ਹੋਇਆ ਸੀ ਸਹੀ ਕਹਿਣ ਦਾ ਗਲਤ ਨੂੰ ਗਲਤ ਕਹਿਣ ਦਾ ਜਾਂ ਲੋਕਾਂ ਦੇ ਨਾਲ ਖੜਨ ਦਾ ਉਹ ਫਿਰ ਚੱਲਦਾ ਰਿਹਾ ਜੀ ਮਤਲਬ ਸਰਕਾਰੀ ਨੌਕਰੀ ਹੁੰਦੇ ਹੋਏ ਵੀ ਮਤਲਬ ਲਿਬਰਟੀਆਂ ਜਿਹੜੀਆਂ ਮੈਂ ਲੈ ਸਕਦਾ ਸੀ ਕਾਨੂੰਨੀ ਤੌਰ ਤੇ ਉਹ ਮੈਂ ਲੈਂਦਾ ਰਿਹਾ ਤੇ ਉਸ ਤੋਂ ਬਾਅਦ ਉਹ ਚੱਲਣੀਆਂ ਵੀ ਪਈਆਂ ਜੀ ਇਸ ਕਰਕੇ 2005 ਦੇ ਵਿੱਚ ਮੈਂ ਚੰਡੀਗੜ੍ਹ ਮੇਰੀ ਟ੍ਰਾਂਸਫਰ ਹੋ ਗਈ ਸੀ ਤੇ ਉਹ 3 ਕਿੰਨੇ ਬਾਅਦ ਮੇਰੀ ਸਰਵਿਸ ਸੀ ਜਿਹੜੀ ਮੁੱਖ ਮੰਤਰੀ ਦਫ਼ਤਰ ਨਾਲ ਅਟੈਚ ਹੋ ਗਈ ਫਿਰ ਮੈਂ ਐਜੇ ਪਬਲਿਕ ریلیਸ਼ਨ ਅਫਸਰ ਮੀਡੀਆ ਸਲਾਹਕਾਰ ਬੈਂਸਾਹਬ ਨਾਲ ਰਹਾ ਭਰਤਿੰਦਰ ਚਾਹਲ ਸਾਹਿਬ ਨਾਲ ਰਹਾ ਉਸ ਤੋਂ ਬਾਅਦ ਜਦੋਂ ਨਵੇਂ ਸਿੱਖਿਆ ਮੰਤਰੀ ਆਏ ਸੇਵਾ ਸਿੰਘ ਸੇਖਮਾਤ ਤੇ ਮਲੂਕਾ ਸਾਹਿਬ ਇਹਨਾਂ ਨੇ ਹੌਨਸਰ ਜਦੋਂ ਵੱਡੀ ਲੁੱਟ ਮਚਾਈ ਤਾਂ ਮੈਂ ਕੁਦਰਤੀ ਤੌਰ ਤੇ ਉਹਦੇ ਖਿਲਾਫ ਕਿਵੇਂ ਨਾ ਕਿਵੇਂ ਬੋਲਦਾ ਰਿਹਾ ਤੇ ਫਿਰ ਬਦਲੀਆਂ ਮੁਤਲੀਆਂ ਹਮਲੇ ਇਹੋ ਜਿਹਾ ਕੰਮ ਚੱਲਦਾ ਰਿਹਾ ਜੀ ਫਿਰ ਮੈਂ 16 ਤੇ ਰਿਟਾਇਰਮੈਂਟ ਲੈ ਲਈ ਮੈਂ ਐਕਸਟੈਂਸ਼ਨ ਨਹੀਂ ਲਈ 2 ਸਾਲ ਦੀ ਮੈਂ ਦੇਖਿਆ ਵੀ ਇਹਨਾਂ ਨੇ ਹੋਰ ਜ਼ਿਆਦਾ ਨੁਕਸਾਨ ਕਰ ਦੇਣਗੇ ਮੇਰਾ ਫਿਰ ਮੈਂ ਖੁੱਲੇ ਤੌਰ ਤੇ ਵਿੱਲਾ ਹੋ ਗਿਆ ਜੀ ਚੋਰ ਨੂੰ ਚੋਰ ਤੇ ਡਾਕੂ ਨੂੰ ਡਾਕੂ ਕਹਿਣ ਲਈ ਅੱਜ ਵੀ ਮੈਂ ਕਹਿੰਦਾ ਵੇਲੇ ਕਹਾਦਾ ਹੋਇਆ ਬਹੁਤਿਆਈ ਮਸੀਬਤ ਬਣ ਕੇ ਇੱਕ ਜਿੱਦਰ ਤੁਸੀਂ ਇਸ਼ਾਰਾ ਕੀਤਾ ਜਿਹੜੇ ਸਟੂਡੈਂਟ ਜਿਹੜੇ ਆਗੂ ਨੇ ਵਿਦਿਆਰਥੀ ਨੇਤਾ ਨੇ ਜਦੋਂ-ਜਦੋਂ ਵੀ ਉਹ ਆਏ ਜੀ ਉਹਨਾਂ ਨੇ ਇੱਕ ਨਵਾਂ ਮੈਸੇਜ ਜਿਹੜਾ ਜੀ ਦਿੱਤਾ ਅੱਜ ਵੀ ਜੇਕਰ ਦੇਖਿਆ ਜਾਵੇ ਚਾਹੇ ਉਹ ਜਿਹੜਾ ਜੀਐਨ ਯੂ ਦੇ ਵਿੱਚੋਂ ਆ ਰਿਹਾ ਚਾਹੇ ਇੱਕ ਬੱਚੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਆਪਣੀ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਜਿਹੜੀ ਜਾਈ ਉਹ ਲੋਕਾਂ ਨੂੰ ਇੱਕ ਆਸ ਜਿਹੜੀ ਦਿੱਸਦੀ ਹੈ ਪਰ ਕੀ ਕਾਰਨ ਹੈ ਕਿਉਂਕਿ ਤੁਸੀਂ ਉਸ ਲਹਿਰ ਦੇ ਨਾਲ ਉਸ ਟਾਈਮ ਦੇ ਉੱਤੇ ਜੁੜੇ ਹੋਏ ਜਦੋਂ ਇਹ ਵਿਦਿਆਰਥੀ ਲਹਿਰ ਬੜੀ ਪ੍ਰਚੰਡ ਹੁੰਦੀ ਸੀ ਇੱਥੋਂ ਕਿਉਂ ਜਿਹੜੀ ਲੀਡਰਸ਼ਿਪ ਸੀ ਸਾਡੀ ਆਉਣੀ ਬੰਦ ਹੋ ਗਈ ਕੀ ਕਾਰਨ ਹੈ ਦੋ ਕਾਰਨ ਨੇ ਜੀ ਵੱਡੇ ਵਿਦਿਆਰਥੀ ਲਹਿਰ ਦੇ ਵਿੱਚ ਦੋ ਧਰਾਵਾਂ ਨੇ ਇੱਕ ਤਾਂ ਧਾਰਾ ਜਿਹਨੂੰ ਆਪਾਂ ਕਹਿੰਦੇ ਪ੍ਰਚਲਿਤ ਖੱਬੇ ਪੱਖੀ ਸਿਆਸਤ ਸੀਪੀਆਈ ਸੀਪੀਐਮ ਉਹਨਾਂ ਦੇ ਨਾਲ ਜੁੜੀ ਹੋਈ ਐਸਐਫਆਈ ਏ ਇਸ ਦੂਜੀ ਧਾਰਾ ਵਿਦਿਆਰਥੀਆਂ ਦੀ ਇੱਕ ਇੰਡੀਪੈਂਡੈਂਟ ਵੀ ਹੈਗੀ ਆ ਪਾਰਟੀਆਂ ਦੀ ਇੱਕ ਹੈਗੀ ਆ ਜਿਹੜੀ ਮੁੱਖ ਤੌਰ ਤੇ ਨਕਸਲੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਆ ਜਿਹਨੂੰ ਆਪਾਂ ਪੰਜਾਬ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਕਹਿ ਲਈਏ ਅੱਡੜ ਵਿਦਿਆਰਥੀ ਜਥੇਬੰਦੀਆਂ ਕਹਿ ਲਈਏ ਅੱਜ ਕੱਲ੍ਹ ਐਸਾ ਨਾਂ ਦੀ ਇੱਕ ਜਥੇਬੰਦੀ ਵੀ ਆਈ ਹੈ ਜਾਂ ਉਹਨਾਂ ਨੇ ਨਾਂ ਨਹੀਂ ਜਿਹੜੇ ਉਹ ਆਪਣੇ ਆਪ ਬਦਲੇ ਨੇ ਜਿਹੜੀਆਂ ਦੂਜੀਆਂ ਖੱਬੇ ਪੱਖੀ ਧਾਰਾ ਦੇ ਬੰਦੇ ਉੱਬਰ ਕੇ ਆਉਂਦੇ ਨੇ ਉਹ ਅਸਲ ਵਿੱਚ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਹਾਲਾਤ ਵਾਪਰੇ ਖੱਬੇ ਪੱਖੀ ਲਹਿਰ ਉਹਨਾਂ ਤੋਂ ਇਨਾ ਉਲਟ ਪਾਸੇ ਚਲੀ ਗਈ ਉਹਦੇ ਪੈਰ ਔਖੜ ਗਏ ਇਸ ਕਰਕੇ ਉਹ ਲੀਡਰਸ਼ਿਪ ਆ ਜਿਹੜੀ ਜਿਹੜੋ ਖੱਬੇ ਪੱਖੀ ਔਖੜ ਗਏ ਤਾਂ ਉਸ ਲਾਈਨ 'ਚ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਆ ਉਹਦੇ ਵੀ ਕਿਤੇ ਪੈਰ ਨਹੀਂ ਲੱਗੇ ਜਾਦੇ ਜੋਰ ਫਿਰ ਨੌਕਰੀਆਂ ਤੇ ਲੈਕਚਰਾਰ ਲੱਗਣਾ ਯੂਨੀਵਰਸਿਟੀਆਂ ਜਾਣ ਵਾਲੇ ਪਾਸੇ ਤੁਰ ਗਿਆ ਜਿਹੜੀ ਦੂਜੇ ਪਾਸੇ ਦੀ ਲਹਿਰ ਆ ਉਹਦੇ ਵਿੱਚੋਂ ਕੁਝ ਬੰਦੇ ਕਿਉਂਕਿ ਉਹ ਪਾਰਲੀਮੈਂਟਰੀ ਪੋਲਿਟਿਕਸ ਦੇ ਵਿੱਚ ਨਹੀਂ ਆਉਂਦੇ ਉਹ ਕਹਿੰਦੇ ਨੇ ਲਗਾਤਾਰ ਸੀ ਇਹਦਾ ਬਦਲ ਪੇਸ਼ ਕਰਨਾ ਉਹਨਾਂ ਦੇ ਵਿੱਚ ਬਹੁਤੇ ਸਰਕਾਰੀ ਨੌਕਰੀਆਂ ਚਲੇ ਗਏ ਕਈ ਦੂਜੀਆਂ ਪਾਰਟੀਆਂ ਦੇ ਵਿੱਚ ਅਡਜਸਟ ਹੋ ਗਏ ਜਿਵੇਂ ਪ੍ਰੇਮ ਸਿੰਘ ਚੰਦੂ ਮਾਦਰਾ ਜਾਂ ਪਾਰਟੀਆਂ ਵਾਲੇ ਬੰਦੇ ਪਾਰਟੀਆਂ ਜਿਹੜੀਆਂ ਰੈਲੇਵੈਂਟ ਨੇ ਜਿਵੇਂ ਬਹੁਤ ਵਧੀਆ ਪੁਆਇੰਟ ਤੁਸੀਂ ਮੰਨ ਲੀਜੀ ਇਹਦੇ ਵਿੱਚ ਜਿਹੜਾ ਦੀ ਉਹ ਰੇਜ਼ ਕੀਤਾ ਇਹ ਪੈਰ ਉਖੜਨ ਦਾ ਰੀਜ਼ਨ ਜਿਹੜਾ ਦੀ ਉਹ ਨਿੱਜ ਭਾਰੂ ਹੋ ਗਿਆ ਜਿਹੜੇ ਲੋਕ ਲੋਕ ਸੇਵਾ ਦੇ ਜਿਹੜਾ ਦੀ ਆਉਂਦੇ ਹੁੰਦੇ ਸੀਗੇ ਲੋਕਾਂ ਦੇ ਵਾਸਤੇ ਜਿਹੜਾ ਆਉਂਦੇ ਹੁੰਦੇ ਸੀਗੇ ਖੱਬੇ ਸੱਜੇ ਜਿਵੇਂ ਉਹਨਾਂ ਦੇ ਪੈਰ ਉਖੜ ਗਏ ਹਾਲਾਂਕਿ ਇਹ ਅੱਜ ਵੀ ਕਿਹਾ ਜਾਂਦਾ ਹੈ ਕਿ ਲੋਕਾਂ ਦੀ ਲੜਾਈ ਤਾਂ ਉਹੀ ਲੋਕ ਲੜਦੇ ਸੀਗੇ ਕਿਸੇ ਟਾਈਮ ਬੋਲਦੇ ਸੀ ਇਹ ਉਹਦੇ ਉੱਤੇ ਨਿੱਜ ਭਾਰੂ ਹੋ ਗਿਆ ਜਾਂ ਉਹਨਾਂ ਨੇ ਵੀ ਕੁਰਸੀਆਂ ਮੂਰੇ ਰੱਖ ਲਈਆਂ ਨਹੀਂ ਕੁਰਸੀਆਂ ਮੂਰੇ ਰੱਖਣਾ ਤਾਂ ਬਹੁਤ ਛੋਟੀ ਗੱਲ ਆ ਨਾ ਜੇ ਅਸੀਂ ਇਹਨੂੰ ਥੋੜੀ ਜਿਹੀ ਡੂੰਘਾਈ 'ਚ ਦੇਖੀਏ ਉਹ ਅਸਲ ਚਾਪਟਰ ਦੀ ਵਿਚਾਰਧਾਰਾ ਤੋਖੜ ਗਈ ਜਿਹੜੀ ਤਬਦੀਲੀ ਦੀ ਵਿਚਾਰਧਾਰਾ ਨਾ ਜੀ ਜਿਹੜੀ ਤਬਦੀਲੀ ਤੁਹਾਡੀ ਸਟੇਟ ਦੇ ਖਿਲਾਫ ਲੜ ਕੇ ਆਉਣੀ ਆ ਲੋਕਾਂ ਦੀ ਮੰਗਾ ਖਾਤਰ ਐਂਟੀ ਇਸਟੈਬਲਿਸ਼ਮੈਂਟ ਐਂਟੀ ਸਟੈਬਲਿਸ਼ਮੈਂਟ ਕਹੋ ਜਾਂ ਜਿਹਨੂੰ ਆਪਾਂ ਵਿਵਸਥਾ ਤੋਂ ਤਬਦੀਲੀ ਕਹਿੰਦੇ ਹਾਂ ਸਿਸਟਮ ਨੂੰ ਬਦਲਣ ਦੀ ਗੱਲ ਬਦਲਣ ਦੀ ਗੱਲ ਕਹਿੰਦੇ ਆ ਕਿਉਂਕਿ ਜੋ ਸਮਾਜਿਕ ਤਬਦੀਲੀਆਂ ਆਈਆਂ ਨਵੇਂ ਮਸਲੇ ਉੱਭਰੇ ਵਾਧੂ ਅਧਿਕਾਰਾਂ ਦਾ ਮਸਲਾ ਉੱਭਰਿਆ ਰਾਜਾਂ ਦੇ ਹੱਕਾਂ ਦਾ ਮਸਲਾ ਉੱਭਰਿਆ ਕੌਮਾਂ ਦਾ ਮਸਲਾ ਉੱਭਰਿਆ ਧਾਰਮਿਕ ਘੱਟ ਗਿਣਤੀਆਂ ਦਾ ਮਸਲਾ ਉੱਭਰਿਆ ਇਹਨਾਂ ਮਾਮਲਿਆਂ ਤੇ ਉਹ ਜਿਹੜੀ ਪਹੁੰਚ ਪੜਾਈ ਉਹਨਾਂ ਨੇ ਉਹ ਸਟੇਟ ਦੇ ਨਾਲ ਖੜਨ ਵਾਲੀ ਅਪਣਾ ਲਈ ਜਿਹੜੀਆਂ ਲੜ ਰਹੀਆਂ ਧਿਰਾਂ ਸੀ ਚਾਹੇ ਉਹਨਾਂ ਦਾ ਤੰਗਣਾ ਜਿਹਾ ਰਵਈਆ ਸੀ ਉਹ ਅੱਜ ਦੇ ਰਵਈਏ ਤੋਂ ਉਹਨਾਂ ਦਾ ਬਹੁਤ ਦੁਸ਼ਮਣਾਨਾ ਵਿਰੋਧ ਤੱਕ ਚਲੇ ਗਏ ਕੀ ਕੀ ਮਾਲੀ ਜੀ ਜਿਹੜਾ ਜਦੋਂ ਡਾਕਟਰ ਮਰਮੋਣ ਸਿੰਘ ਹੋਰ ਆਦੀ ਸਰਕਾਰ ਜਿਹੜੀ ਸੀ ਪਹਿਲੀ ਜਦੋਂ ਉਦੋਂ ਜਿਹੜਾ ਪਾਰਟ ਪਹਿਲਾ ਸੀਗਾ ਉਹਦੇ ਵਿੱਚੋਂ ਖੱਬੇ ਸੱਜੇ ਧਿਰਾਂ ਦਾ ਸਾਈਡ ਤੇ ਹੋਣਾ ਉਹਨਾਂ ਦੀ ਤੁਸੀਂ ਸਮਝਦੇ ਹੋ ਕਿ ਗਲਤੀ ਸੀ ਉਹਨਾਂ ਦਾ ਮਤਲਬ ਕਿ ਹਾਸ਼ੀਏ ਤੇ ਧੱਕੇ ਜਾਣਾ ਇੱਕ ਕਾਰਨ ਸੀ ਕਿਤੇ ਨਹੀਂ ਮੈਨੂੰ ਇਹ ਲੱਗਦਾ ਵੀ ਜਦੋਂ ਤੁਸੀਂ ਇੱਕ ਪਾਰਲੀਮੈਂਟ ਪੋਲਿਟਿਸਟ ਦੇ ਵਿੱਚੋਂ ਉਦੋਂ ਇਹ ਧਿਰਾਂ ਇਹ ਜਿਸ ਵਿੱਚ ਸੀ ਕਿ ਸੈਂਟਰ ਦੀਆਂ ਨੀਤੀਆਂ ਪਾਲਸੀਆਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀਆਂ ਸੀ ਇਹਨਾਂ ਤੇ ਨਿਰਪਰਤਾ ਸੀ ਤੁਹਾਡੇ ਨਾਲ ਨਾਲ ਲੱਖ ਮਤਭੇਦ ਹੋਣ ਪਰ ਉਹਨਾਂ ਸਮਿਆਂ ਦੇ ਦੌਰਾਨ ਜਿਹੜੇ ਕਾਨੂੰਨ ਆਏ ਨੇ ਨਾ ਜੀ ਤੁਸੀਂ ਉਹਤੇ ਦੇਖ ਸਕਦੇ ਹੋ ਉਹਨਾਂ ਦਾ ਹਾਂ ਪੱਖੀ ਅਸਰ ਦੇਖ ਸਕਦੇ ਹੋ ਚਾਹੇ ਮਾਨੇਗਾ ਦੇਖ ਲਓ ਰਾਈਟ ਟੂ ਐਜੂਕੇਸ਼ਨ ਲੈ ਲਓ ਛੋਟੀ ਜੀ ਗੱਲ ਕਿ ਪੈਟਰੋਲ ਡੀਜ਼ਲ ਦੀ ਕੀਮਤ ਉਹਨਾਂ ਨੇ ਖੁੱਲੇ ਮੰਡੀ 'ਚ ਨਹੀਂ ਜਾਣ ਦਿੱਤਾ ਉਹਨੀ ਦੇਰ ਜਿੰਨੀ ਦੇਰ ਬਹੁਤ ਗੱਲਾਂ ਨੇ ਜੀ ਮਤਲਬ ਜਦੋਂ ਫਿਰ ਇਹਨਾਂ ਨੇ ਉਹ ਗੱਲ ਕੀਤੀ ਉਹਨਾਂ ਤੋਂ ਵਿਡਰਾ ਕਰਕੇ हट ਗਏ ਫਿਰ ਉਹਨਾਂ ਨੂੰ ਪ੍ਰੈਸ਼ਰ ਉਹਨਾਂ ਦੇ ਘਟ ਗਿਆ ਅਰੇਂਜਮੈਂਟ ਸੱਤਾ ਦਾ ਹੋ ਗਿਆ ਤੇ ਫਿਰ ਉਹ ਆਪਣੀ ਮਰਜ਼ੀ ਨਾਲ ਫਿਰ ਖੁੱਲੇ ਚੱਲੇ ਪੰਜਾਬ ਦੇ ਵਿੱਚੋਂ ਇਹਨਾਂ ਧਰਾਂ ਦਾ ਗਾਇਬ ਹੋ ਜਾਣ ਦਾ ਕਾਰਨ ਕਿਉਂਕਿ ਪੰਜਾਬ ਉਹ ਇੱਕ ਧਰਤੀ ਹੈ ਜੀ ਉਹ ਇੱਕ ਖਿੱਤਾ ਹੈ ਜਿਹੜਾ ਕਿ ਐਂਟੀ ਇਸਟੈਬਲਿਸ਼ਮੈਂਟ ਦੇ ਵਿਰੋਧ ਦੇ ਵਿੱਚ ਜਿਹੜਾ ਦੀ ਉਹ ਖੜੇ ਇਹ ਸਿੰਬੋਲਿਕ ਰੂਪ ਦੇ ਵਿੱਚ ਪਤਾ ਆਇਆ ਸਭ ਨੂੰ ਫਿਰ ਇਹ ਧਰਾ ਇਥੋਂ ਗਾਇਬ ਕਿਵੇਂ ਹੋ ਗਈ ਨਹੀਂ ਅਸਲ ਚ ਜਦੋਂ ਤੁਸੀਂ ਮਾਰਕਸਵਾਦੀਆਂ ਦੀ ਗੱਲ ਕਰੀਏ ਨਾ ਜੇ ਮਾਰਕਸਵਾਦ ਦੀ ਵੀ ਗੱਲ ਕਰੀਏ ਜਿਹੜੇ ਇਹਨਾਂ ਦੇ ਰਹਿਬਰ ਨੇ ਉਹਨਾਂ ਦੀ ਗੱਲ ਕਰੀਏ ਮਾਰਕਸ ਦੀ ਲੈਨਨ ਦੀ ਮਾਓ ਦੀ ਉਹ ਇਸ ਗੱਲ ਤੇ ਬਹੁਤ ਜ਼ੋਰ ਦਿੰਦੇ ਨੇ ਵੀ ਜਿਹੜਾ ਮਾਰਕਸਵਾਦ ਆ ਤੁਸੀਂ ਜਿਹੜੀ ਤੁਹਾਡੀ ਖਿੱਤੇ ਦੀ ਹਾਲਤ ਆ ਉਹਦੇ ਵਿੱਚ ਉਹਨੂੰ ਅਨਵਾਦ ਕਰਨਾ ਟਰਾਂਸਲੇਟ ਕਰਨਾ ਇਹ 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 ਗੁਰਬੰਧੀਆਂ ਨਹੀਂ ਹੈਗੀਆਂ ਵੀ ਚੱਕ ਕੇ ਲਾਗੂ ਕਰ ਦੋਂਗੇ ਤੁਸੀਂ ਆਪਣੇ ਇਤਿਹਾਸ ਨਾਲ ਆਪਣੇ ਵਿਰਸੇ ਦੇ ਨਾਲ ਜੁੜਨਾ ਤੁਸੀਂ ਕਯੂਮਿਨਿਸਟਾਂ ਦਾ ਇਤਿਹਾਸ ਦੇਖ ਲਓ ਪੰਜਾਬ ਚ ਜੀ ਪਹਿਲਾਂ ਦੇਖੋ ਗਾਤਰੇ ਪਾਏ ਹੋਏ ਨੇ ਗੁਰੂਗ੍ਰਾਮਸਤ ਦਾ ਪਾਠ ਕਰਦੇ ਨੇ ਕਯੂਮਿਨਿਸਟ ਵਿਚਾਰਧਾਰਾ ਨਾਲ ਜੁੜੇ ਹੋਏ ਨੇ ਤੇ ਕਹਿੰਦੇ ਇਹ ਨੇ ਵੀ ਗੁਰੂ ਸਾਹਿਬ ਦਾ ਅਸਲ ਸੰਦੇਸ਼ ਆ ਜਿਹੜਾ ਅਸੀਂ ਲੈ ਕੇ ਜਾ ਰਹੇ ਹਾਂ ਸੰਤਰਾਵਾਂ ਉਦਾਸੀ ਦੇ ਤੁਸੀਂ ਸੁਣੋ ਸਾਡਾ ਸਿੰਘ ਬਹਾਦਰ ਬੰਦਾ ਛੁੱਟੀ ਮਾਲਾ ਫੜਿਆ ਕੰਡਾ ਮਤਲਬ ਉਹ ਵਿਰਸੇ ਨੂੰ ਨਾਲ ਲੈ ਕੇ ਤੁਰਦੇ ਸੀ ਜਦੋਂ ਪੰਜਾਬ ਦੇ ਵਿੱਚ ਵੱਧ ਅਧਿਕਾਰਾਂ ਦੀ ਗੱਲ ਚੱਲੀ ਜਾਂ ਸਿੱਖ ਧਾਰਮਿਕ ਘੱਟ ਗਿਣਤੀ ਨੇ ਆਪਣੇ ਮੰਗਾਂ ਮਸਲੇ ਉਠਾਏ ਉੱਥੇ ਆ ਕੇ ਕਾਮਰੇਡ ਸੀ ਜਿਹੜੇ ਬੁਰੀ ਤਰ੍ਹਾਂ ਔਖੜ ਗਏ ਫਿਰ ਇਹ ਜਿਹੜੀਆਂ origional forces ਨੇ origional ਤਾਕਤਾਂ ਨੇ ਖੇਤਰੀ ਪਾਰਟੀ ਉਭਰੀਆਂ ਉਹਨਾਂ ਨੇ ਕਾਮਰੇਡਾਂ ਨੂੰ ਬਹੁਤ ਪਿੱਛੇ ਕਰਤਾ ਇਹ ਫਿਰ ਆਪਣੇ ਆਪ ਨੂੰ ਇੱਕ ਕੌਮੀ ਜਾਂ ਭਾਰਤ ਭੰਦੀ ਰਾਸ਼ਟਰੀ ਏਕਤਾ ਦੇ ਨਾਲ ਜੋੜ ਲਿਆ ਜਿਹਨੂੰ ਏਕਤਾ ਖੰਡ ਤਾਂ ਕਹਿ ਲੋ ਤੁਸੀਂ ਦੇਸ਼ ਭਗਤੀ ਕਹਿ ਲੋ ਤੁਸੀਂ ਰਾਸ਼ਟਰਵਾਦ ਕਹਿ ਲੋ ਜਿਹਦੇ ਨਾਲੇ ਸਥਾਨਕ ਜਿਹੜੀਆਂ ਉਹ ਗੱਲਾਂ ਨੇ ਉਹਨਾਂ ਨਾਲ ਉਹ ਡਿਟੈਚ ਹੋ ਗਏ ਟੁੱਟ ਗਏ ਜੜਾਂ ਛੱਡ ਗਏ ਜੜਾਂ ਛੱਡ ਗਏ ਹਾਂਜੀ ਹਾਂ ਉਹ ਜੜਾਂ ਜਿਹੜੀਆਂ ਚੜਨੀਆਂ ਜਿਹੜਾ ਤੁਸੀਂ ਬਹੁਤ ਵਧੀਆ ਪੁਆਇੰਟਡ ਆ ਉਭਾਰਿਆ ਕਿ ਬੇਸ਼ੱਕ ਉਹਨਾਂ ਦੀ ਜਿਹੜੀ ਦਿੱਕ ਸੀਗੀ ਉਹ ਧਾਰਮਿਕ ਸੀਗੀ ਪਰ ਉਹਨਾਂ ਦਾ ਜਿਹੜਾ ਮੈਸੇਜ ਜਿਹੜਾ ਸੀਗਾ ਪਰ ਹੁਣ ਇਹ ਹੋ ਗਿਆ ਕਿ ਤਕਰੀਬਨ ਜੇ ਆਪਾਂ ਖੱਬੇ ਜਾਂ ਸੱਜੇ ਦੀ ਗੱਲ ਕਰੀਏ ਤੇ ਅਗਲਾ ਉਸੇ ਵੇਲੇ ਕਹਿੰਦਾ ਕਿ ਇਹ ਐਂਟੀ ਜਿਹੜਾ ਜੀ ਧਰਮ ਦੇ ਨੇ ਜੀ ਇਹ ਲੋਕ ਇਹ ਇਹ ਚੀਜ਼ ਜਿਹੜੀ ਉਭਰ ਰਹੀ ਦੇ ਧਰਮ ਬਾਰੇ ਵੀ ਜਿਹੜੀ ਪੰਜਾਬ ਦੇ ਕਾਮਰੇਡਾਂ ਨੇ ਪਹੁੰਚ ਪਣਾਈ ਆ ਅਸੀਂ ਤਾਂ ਪਿਛਲੇ ਸਮੇਂ ਪਿਛਲੇ 30 ਸਾਲਾਂ ਤੋਂ ਇਸ ਗੱਲ ਦੇ ਖਿਲਾਫ ਬੋਲਦੇ ਲੜਦੇ ਆ ਰਹੇ ਉਹ ਮਾਰਕਸਵਾਦ ਵਿਰੋਧੀ ਧਰਮ ਜਿਹੜੀ ਮਾਰਕਸ ਇਹ ਕਹਿੰਦਾ ਵੀ ਮਾਰਕਸਵਾਦ ਦੀ ਰੱਬ ਦੇ ਖਿਲਾਫ ਧਰਮ ਦੇ ਖਿਲਾਫ ਕੋਈ ਲੜਾਈ ਨਹੀਂ ਤੇ ਨਾ ਹੀ ਕਦੇ ਬਣ ਸਕਦੀ ਆ ਉਹ ਕਹਿੰਦਾ ਧਰਮ ਆ ਜਿਹੜਾ ਇਹ ਲੋਕਾਂ ਦਾ ਸਹਾਰਾ ਬੇਦੇ ਲੈਂਦਾ ਦਿਲਾ ਉਹਨਾਂ ਦੇ ਜਮੀਰ ਆ ਉਹਨਾਂ ਦਾ ਆਸਰਾ ਇੱਕ ਮਾੜੀ ਹਾਲਤ ਦੇ ਵਿੱਚੋਂ ਇਹ ਉਹਨਾਂ ਨੂੰ ਬੁੱਕਲ ਚ ਲੈਂਦਾ ਇਹ ਲੋਕਾਂ ਦੀ ਫੀਮ ਆ ਲੋਕਾਂ ਦੀ ਫੀਮ ਕਿਹਾ ਇਹਨਾਂ ਨੇ ਲੋਕਾਂ ਲਈ ਫੀਮ ਬਣਾ ਕੇ ਇਹ ਕਹਿੰਦਾ ਵੀ ਧਰਮ ਲੋਕਾਂ ਲਈ ਹਾਕਮ ਜਮਾਤਾਂ ਵੱਲੋਂ ਵਰਤਾਈ ਹੋਈ ਫੀਮ ਆ ਧਰਮ ਦਾ ਵਿਰੋਧ ਤੇ ਰੱਬ ਦਾ ਵਿਰੋਧ ਸ਼ੁਰੂ ਕਰ ਲਿਆ ਸੋ ਇਸ ਕਰਕੇ ਉਹ ਪਹੁੰਚ ਬਣਾਉਣ ਕਰਕੇ ਇਹ ਮਤਲਬ ਇਸ ਟਕਰਾਜ ਪੈ ਗਈ ਅੱਜ ਵੀ ਤੁਸੀਂ ਦੇਖ ਲਓ ਜਿੱਥੇ ਵੀ ਕਿਤੇ ਬਹਿਸ ਚੱਲਦੀ ਆ ਕਯੂਮਨਿਸਟਾਂ ਦੀ ਖਾਲਸਤਾਨੀਆਂ ਦੀ ਧਰਮ ਵਾਲਿਆਂ ਦੀ ਫਲਸਫੇ ਤੇ ਨਹੀਂ ਚਲਦੀ ਸੋਚ ਜਾਂ ਵਿਚਾਰਧਾਰਾ ਤੇ ਨਹੀਂ ਚਲਦੀ ਆਮ ਬੰਦਾ ਕਹਿੰਦਾ ਯਾਰ ਸਿੱਖਾਂ ਤੇ ਕਾਮਰੇਡਾਂ ਦਾ ਬਹਿ ਕੋਈ ਰੋਲ ਪਹਿਲਾਂ ਕਹਿੰਦੇ ਹੁੰਦੇ ਸੀ ਹੁਣ ਨਹੀਂ ਵੀ ਇੱਕੋ ਗੱਲ ਆ ਬਾਲਾ ਰੋਲਾ ਨਹੀਂ ਰੱਬ ਨੂੰ ਮੰਨਣ ਜਾਂ ਨਾ ਮੰਨਣ ਦਾ ਰੋਲਾ ਬਾਕੀ ਸੋਸਾਇਟੀ ਕਿਹਦੀ ਹੋਵੇ ਸਮਾਜ ਕਿਹਾ ਜਾ ਹੋਵੇ ਬੰਦਾ ਕਿਹਾ ਜਾ ਹੋਵੇ ਉਹਦਾ ਵਿਹਾਰ ਕਿਹਾ ਜਾ ਹੋਵੇ ਇਹ ਤੇ ਲਗਭਗ ਹਿਊਮਨਿਸਟਾਂ ਤੇ ਸਿੱਖਾਂ ਦਾ ਇੱਕਸਾਰ ਆ ਜਿਹੜੇ ਸੱਚੇ ਹਿਊਮਨਿਸਟ ਨੇ ਸੱਚੇ ਸਿੱਖ ਨੇ ਪਰ ਇਹ ਗਲਤ ਪਹੁੰਚ ਲੈਣ ਕਰਕੇ ਇਹ ਬਿਲਕੁਲ ਟਕਰਾਉ ਕਿਤੇ ਨਾ ਕਿਤੇ ਇਹਦਾ ਇਹਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਦਾ ਰੋਲ ਜਿਹੜੇ ਉਹ ਤੇ ਗਿਆਨਾਂ ਸਿਓ ਆ ਕੇ ਬਹਿ ਗਏ ਜਿਨ੍ਹਾਂ ਨੂੰ ਨੌਲੇਜ ਨਹੀਂ ਹੈ ਉਹ ਵੀ ਮੰਨ ਲਓ ਕੋਈ ਤੁਸੀਂ ਜਿਹੜੀ ਗੱਲ ਲਿਖਦੇ ਹੋ ਮੈਂ ਕਈ ਵਾਰੀ ਦੇਖਦਾ ਉਹਦੇ ਉੱਤੇ ਟਿੱਪਣੀ ਜਿਹੜੇ ਉਹ ਥੱਲੇ ਕਰ ਦਿੰਦੇ ਆ ਜਿਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਹੈ ਉਹ ਗਾਲਾਂ ਵਾਲੀ ਜਿਹੜੀ ਦੀ ਉਹ ਭਾਸ਼ਾ ਕਿਤੇ ਨਾ ਕਿਤੇ ਜਿਹੜੀ ਜਿਹੜਾ ਈਵਨ ਗੁਰਨਾਨਕ ਦਾ ਜਿਹੜਾ ਉਹ ਫਲਸਫਾ ਹੈ ਕਿਛ ਸੁਣੀ ਹੈ ਕਿਛ ਕਹੀ ਹੈ ਉਹਦੇ ਤੋਂ ਵੀ ਪਾਸੇ ਹੋ ਗਿਆ ਸਿਰਫ ਔਰ ਸਿਰਫ ਬਹਿਸ ਰਹਿ ਗਈ ਦੋਹੇ ਪਾਸੇ ਬ ਦੂਰ ਹੋ ਗਏ ਕੱਲਾ ਕਯੂਨੀਸਟ ਨੂੰ ਨਹੀਂ ਆਪਾਂ ਕਹਿ ਸਕਦੇ ਈਵਨ ਸਿੱਖਾਂ ਨੇ ਵੀ ਉਹਨਾਂ ਦੀ ਵੀ ਗੱਲ ਕਰ ਰਹੇ ਦੋਹੇ ਤਰ੍ਹਾਂ ਇਸ ਗੱਲ ਤੋਂ ਦੂਰ ਹੋ ਗਈਆਂ ਜਿਹੜਾ ਬਾਬੇ ਨਾਨਕ ਦੀ ਗੱਲ ਤੁਸੀਂ ਕੀਤੀ ਹੈ ਨਾ ਵੀ ਸੰਵਾਦ ਦੀ ਗੱਲ ਵਿਚਾਰ ਦੀ ਗੱਲ ਸਮਾਹ ਟੁੱਟ ਗਿਆ ਜਿਸ ਕਰਕੇ ਆਪਾਂ ਆਪਣੇ ਪਾਸੇ ਸਾਰੇ ਅੱਖਾਂ ਵਿੱਚ ਤੁਸੀਂ ਦੇਖੋ ਸੀਪੀਆਈ ਦੇ ਸੁਭਾਸ ਕੁਤਰ ਨੇ ਜਗਰੂਪ ਸਿੰਘ ਹੂੰ ਪਿਛਲੇ ਦਿਨੀ ਗੁਰਨਾਨਕ ਦੇਵ ਬਾਰੇ ਉਹਨਾਂ ਨੇ ਇੱਕ ਭਾਸ਼ਣ ਦਿੱਤਾ ਵੀ ਉਹਦਾ ਫਲਸਫਾ ਕੀ ਸੀ ਉਹਨਾਂ ਨੇ ਉਹ ਸਾਰੀਆਂ ਵਿਆਖਿਆਵਾਂ ਮੈਂ ਦਿੱਤੀਆਂ ਜਿਹੜੀਆਂ ਨੂੰ ਕਾਮਰੇਡਾਂ ਨੇ ਹੁਣ ਤੱਕ ਹੇਠਾਂ ਦੱਬਿਆ ਹੋਇਆ ਮੈਂ ਫੇਸਬੁੱਕ ਤੇ ਸ਼ੇਅਰ ਕੀਤਾ 17-18 ਗਰੁੱਪਾਂ ਤੇ ਸ਼ੇਅਰ ਕੀਤਾ ਕੋਈ ਬਹਿਸ ਇਹ ਨਹੀਂ ਕੀਤੀ ਉਹ ਤੇ ਨਾ ਕਾਮਰੇਡਾਂ ਨੇ ਨਾ ਖਾਲਸਤਾਨ ਕਿਉਂਕਿ ਗੱਲ ਫਿਰ ਪੁਆਇੰਟ ਉਹ ਆ ਗਿਆ ਕਿ ਜਦੋਂ ਤੁਸੀਂ ਪੁਆਇੰਟ ਦੇ ਉੱਤੇ ਬਹਿਸ ਕਰਨੀ ਆ ਫਿਰ ਉਹਦੇ ਵਾਸਤੇ ਤੁਹਾਨੂੰ ਪੜ੍ਹਨਾ ਪੈਣਾ ਜਦੋਂ ਤੁਸੀਂ ਪੜ੍ਹੋਗੇ ਉਹਦੇ ਵਾਸਤੇ ਸਮਾਂ ਦੇਣਾ ਪਊਗਾ ਤੇ ਜਦੋਂ ਪੜ੍ਹ ਕੇ ਕੋਈ ਗੱਲ ਕਰੋਗੇ ਉਹਦੇ ਵਿੱਚੋਂ ਸੋਲਿਡ ਹੋਊਗਾ ਗਿਆਨਾਂ ਸਿਓ ਤਾਂ ਕਰਕੇ ਜਿਹੜਾ ਜੀ ਇਹਨੂੰ ਨਾਮ ਦਿੱਤਾ ਜਾਂਦਾ ਹੈ ਕਿ ਬਿਨਾ ਪੜ੍ਹੇ ਤੋਂ ਕਿਸੇ ਉੱਤੇ ਜਿਹੜੀ ਦੀ ਉਹ ਟਿੱਪਣੀ ਕਰ ਦੇਣੀ ਔਰ ਉਂਝੀ ਸਿਰਫ ਉਹਨੂੰ ਕੱਟਣ ਦੇ ਵਾਸਤੇ ਜਿਹੜਾ ਕੱਟ ਦੇਣਾ ਇਹ ਸੋਸ਼ਲ ਮੀਡੀਆ ਦੇ ਵਿੱਚ ਇੱਕ 네ਗਟਿਵ ਪੱਖ ਜਿਹੜਾ ਦੀ ਵਾਰ ਹੈ ਛੋਟੀ ਜੀ ਬ੍ਰੇਕ ਉਸ ਤੋਂ ਬਾਅਦ ਮਾਲਵਿੰਦਰ ਸਿੰਘ ਮਾਲੀ ਜੀ ਦੇ ਨਾਲ ਅਸੀਂ ਗੁਰਨਾਨਕ ਸਾਹਿਬ ਦੀ ਗੱਲ ਹੋਈ ਹੈ ਤੇ ਲ ਸ਼ਟ ਕਰਾਂਗੇ ਕਿ ਇਹ ਕੀ ਸਾਰਾ ਕੁਝ ਟੜਾ ਜੀ ਉਹ ਚੱਲ ਰਿਹਾ ਐ ਛੋਟੀ ਜੀ ਬ੍ਰੇਕ ਤੋਂ ਬਾਅਦ ਵਾਪਸ ਕਰਦੇ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਫਾਇਰ ਲਾਈਨ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਜੀ ਅੱਜ ਸਾਡੇ ਨਾਲ ਮੌਜੂਦ ਨੇ ਟਿੱਪਣੀ ਕਰਨੇ ਔਰ ਪੰਜਾਬ ਦੇ ਵਿੱਚ ਜਿਵੇਂ ਮੈਂ ਸਟਾਰਟਿੰਗ 'ਚ ਉਹਨਾਂ ਦੀ ਇੰਟਰੋਡਕਸ਼ਨ ਦਿੰਦਿਆ ਵੀ ਕਿਹਾ ਸੀਗਾ ਕਿ ਚੰਦ ਲੋਕ ਜਿਹੜਾ ਜੀ ਉਹ ਰਹਿ ਗਏ ਆ ਜਿਹੜੇ ਨੌਲੇਜ ਭਰਪੂਰ ਨੇ ਜਿਨ੍ਹਾਂ ਕੋਲੇ ਜਾਣਕਾਰੀ ਆ ਔਰ ਉਹਨਾਂ ਦੇ ਕੋਲੇ ਤਰਕ ਹੈ ਜਦੋਂ ਤਰਕ ਮੁੱਕ ਗਿਆ ਤਾਂ ਫਿਰ ਉਸ ਤੋਂ ਬਾਅਦ ਤਾਂ ਲੜਾਈ ਆ ਕਿਉਂਕਿ ਜਿਹੜੀ ਗੱਲ ਤੇ ਕੀਤਾ ਸੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਫਲਸਫੀ ਦਾ ਕਿ ਉਹ ਚਾਹੇ ਗੋਸ਼ਟ ਹੈ ਚਾਹੇ ਉਹ ਉਹਨਾਂ ਦੀਆਂ ਬਾਰ ਬਾਰ ਜਿਹੜੇ ਸੁਨੇਹੇ ਨੇ ਹੋਏ 71 ਮੇਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੈ ਉਹ ਇਹ ਜਿਹੜੀਆਂ ਦੁਬਧਾਵਾਂ ਨੇ ਉਹ ਕਿਉਂ ਘਟ ਗਈਆਂ ਗੋਸ਼ਟ ਮੁੱਕ ਗਿਆ ਅਸੀਂ ਇੱਕ ਦੂਜੇ ਨੂੰ ਕੱਟਣ ਦੇ ਵੱਲ ਜੜਾ ਜੀ ਹੋ ਗਏ ਕਿ ਫਲਾਨਾ ਆਹ ਗੱਲ ਕਹਿ ਕੇ ਹੁਣ ਜਾਊਗਾ ਕਿੱਥੇ ਉਹਦੇ ਥੱਲੇ ਫਿਰ ਗਾਲਾਂ ਤੇ ਜੋ ਕੁਝ ਜੜਾ ਦੀ ਉਹ ਚੱਲਦਾ ਤੁਹਾਨੂੰ ਪਤਾ ਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਸ਼ਾਇਦ ਜਿਹੜੀਆਂ ਸੋਸ਼ਲ ਸਾਈਟਸ ਵਾਲੇ ਨੇ ਉਹ ਵੀ ਇਸ ਗੱਲੋਂ ਦੁਖੀ ਨੇ ਕਿ ਕਿੰਨੀਆਂ ਆਈਡੀ ਬਣਾ ਕੇ ਇਹ ਲੋਕ ਜਿਹੜੇ ਨੇ ਉਹ ਮਹਿਸ ਗੰਦ ਜੜਾ ਜੀ ਉਹ ਖਲਾਰ ਰਹੇ ਨੇ ਪਰ ਇਹ ਚੀਜ਼ਾਂ ਜੜੀਆਂ ਨੇ ਪੋਜ਼ਿਟਿਵ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਬਹੁਤ ਵੱਡਾ ਦਾ ਜਿਹੜਾ ਦੀ ਉਹ ਰੋਲ ਹੈ ਦੁਨੀਆ ਭਰ ਦੇ ਵਿੱਚ ਬੈਠਾ ਕੋਈ ਵੀ ਵਿਅਕਤੀ ਜਿਹੜਾ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦਾ ਹੈ ਬਸ਼ਰਤੇ ਇੱਕ ਤਾਂ ਉਹਦੇ ਵਿਚਾਰ ਕਿਸੇ ਲਈ ਨੁਕਸਾਨਦੇਹ ਨਾ ਹੋਣ ਤੇ ਦੂਜੇ ਨੂੰ ហេਠੀ ਜਿਹੜੇ ਕਰਨ ਵਾਲੇ ਨਾ ਹੋਣ ਕਿਸੇ ਦੀ ਉਹਨੂੰ ਨੀਵਾ ਵਿਖਾਉਣ ਵਾਲੇ ਨਾ ਹੋਣ ਮਾਲਵਿੰਦਰ ਸਿੰਘ ਜੀ ਜਿਹੜੀ ਜਿਸ ਪਾਸਿਬਲ ਜਿਹੜੂ ਇਸ ਵੇਲੇ ਚਰਚਾਵਾਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ ਕਿ 70 ਸਾਲ ਲੱਗੇ ਸੱਤ ਦਹਾਕਿਆਂ ਤੋਂ ਬਾਅਦ ਉਹ ਇੱਕ ਠੰਡੀ ਹਵਾ ਜਿਹੜੀ ਹੋਣੀ ਸ਼ੁਰੂ ਹੋਈ ਮੈਂ ਵੇਸ਼ੇਕਨਕ ਚਾਹੇ ਉਹ ਕੁਲਦੀਪ ਸਿੰਘ ਵਡਾਲਾ ਹੁਰੀ ਲੱਗੇ ਰਹੇ ਕਈ ਸਾਲ ਜਾਂ ਉਹਦੇ ਵਿੱਚ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਦੁਨੀਆ ਤੋਂ ਤੁਰ ਗਏ ਮਹਾਨ ਜਿਹੜੇ ਲੇਖਕ ਸੰਦੀ ਉਹ ਮੋਮਬਤੀਆਂ ਜਗਾਉਣ ਵਾਲੇ ਕਿਉਂ ਨਾ ਹੋਣ ਕਿਸੇ ਨੂੰ ਇਹ ਲੱਗੇ ਕਿ ਮੋਮਬਤੀਆਂ ਨਾਲ ਕੀ ਹੁੰਦਾ ਪਰ ਇਹ ਗੱਲਾਂ ਸੀ ਹੌਲੀ 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 ਕਰਦੀਆਂ ਕਰਦੀਆਂ ਲਾਂਘੇ ਤੱਕ ਜਿਹੜੀਆਂ ਜੀ ਉਹ ਆ ਗਏ ਆ ਜੋ ਇਹਨੂੰ ਤੁਸੀਂ ਇਸ ਵੇਲੇ ਜਿਹੜਾ ਦੀ ਉਹ ਦੇਖ ਰਹੇ ਹੋ ਲਾਂਘਾ ਸਾਈਡ ਤੇ ਆ ਨੈਸ਼ਨਲ ਚੈਨਲ ਜਿਹੜੇ ਆ ਦੀ ਉਹ ਫੜ ਕੇ ਡਾਂਗ ਨਵਜੋਤ ਸਿੰਘ ਸਿੱਧੂ ਦੇ ਦਿਵਾਲੇ ਹੋ ਗਏ ਈਵਨ ਕਾਂਗਰਸ ਦੇ ਵਿੱਚ ਵੀ ਕੁਝ ਇਹ ਸਾਰਾ ਕੁਝ ਤੁਸੀਂ ਇਹਨੂੰ ਓਵਰਆਲ ਕਿਵੇਂ ਦੇਖਦੇ ਹੋ ਸਿਆਸੀ ਤੌਰ ਦੇ ਤੇ ਨਹੀਂ ਦੇਖੋ ਜੀ ਜੋ ਅਸਲ ਚ 1947 ਚ ਵਾਪਰਿਆ ਨਾ ਜੀ ਜਿਹੜਾ ਗਲਤ ਵਾਪਰਿਆ ਜਿਹੜਾ ਨਾ ਕੁਦਰਤੀ ਸੀ ਨਾ ਲੋਕਾਂ ਦੇ ਹਿੱਤ ਚ ਸੀ ਦੇਸ਼ ਦੀ ਵੰਡ ਕਿਹਾ ਜਾਂਦਾ ਅਸਲ ਚ ਉਹ ਪੰਜਾਬ ਤੇ ਬੰਗਾਲ ਦੀ ਵੰਡ ਸੀ ਬਿਲਕੁਲ ਸਹੀ ਤੇ ਇਹ ਸਭ ਨੂੰ ਪਤਾ ਕਿ ਪੰਜਾਬ 1849 ਤੱਕ ਇੱਕ ਆਜ਼ਾਦ ਮੁਲਕ ਸੀ ਬਿਲਕੁਲ ਉਦੋਂ ਪਹਿਲਾਂ ਭਾਰਤ ਦੀਆਂ 582 86 ਰਿਆਸਤਾਂ ਸੀ ਰਿਆਸਤ ਹੀ ਉਦੋਂ ਦੇਸ਼ ਹੁੰਦੇ ਸੀ ਉਹ ਹੌਲੀ ਹੌਲੀ ਕਰਕੇ ਅੰਗਰੇਜ਼ਾਂ ਨੇ ਆਪਣੇ ਨਾਲ ਮਿਲਾ ਲੀਆਂ ਸੀ ਉਸ ਤੋਂ ਬਾਅਦ 1947 ਤੱਕ 100 ਸਾਲ ਦਾ ਪੀੜ ਉਹ 100 ਸਾਲ ਦੇ ਪੀੜ ਦੌਰਾਨ ਜਿਹੜਾ ਸਿੱਖੀ ਦਾ ਵਿਰਸਾ ਸਿੱਖੀ ਦੀ ਵਿਰਾਸਤਾ ਸਿੱਖੀ ਦੀ ਸੋਚ ਆ ਉਹਦੇ ਵਿੱਚ ਬਹੁਤ ਸਾਰੇ ਵਿਗਾੜ ਤੇ ਨਘਾਰ ਆ ਜਿਹਦੇ ਵਿੱਚੋਂ ਸਿੱਖ ਸੀ ਜਿਹੜੇ ਜਿਹੜੇ ਇੱਕ ਹਿਸਾਬ ਨਾਲ ਆਪਾਂ ਕਹੇ ਲਈਏ ਪੰਜਾਬੀਆਂ ਦੀ ਨੁਮਾਇੰਗੀ ਕਰਦੇ ਸੀ ਆਪਾਂ ਰਣਜੀਤ ਸਿੰਘ ਨੂੰ ਸਿੱਖਾਂ ਦਾ ਰਾਜ ਕਹਿ ਦਿੰਦੇ ਆ ਸਿੱਖ ਰਾਜਾ ਸੀ ਸਿੱਖਾਂ ਦੀ ਗਣਿਤਿਤ ਸ਼ਾਇਦ 11 13% ਸੀ ਸਾਰੇ ਕਾਸੇ ਦੇ ਵਿੱਚ ਪੰਜਾਬੀਆਂ ਦਾ ਰਾਜ ਸੀ ਹਾਂ ਸਿੱਖਾਂ ਦੇ ਉਸ ਦਾਤਾਂ ਅਨੁਸਾਰ ਜਦੋਂ ਨਾ ਜਿਹੜਾ ਉਹ ਰਾਜ ਕੀਤਾ ਉਹ ਉਸ ਵੇਲੇ ਦਾ ਸਭ ਤੋਂ ਵੱਧ ਇਨਸਾਫ ਸੰਧ ਰਾਜ ਸੀ ਧਰਮ ਦੇ ਆਧਾਰ ਤੇ ਕਿਸੇ ਨਾਲ ਵਿਤਕਰੇ ਨਹੀਂ ਹੋਇਆ ਵਿਦਿਨ ਰਾਜ ਸਟੇਟ ਦੇ ਅੰਦਰ ਠੀਕ ਆ ਉਦੋਂ ਦੂਜੇ ਦੇਸ਼ਾਂ ਤੇ ਹਮਲੇ ਕਰਨ ਦਾ ਮਤਲਬ ਇਲਾਕਿਆਂ ਨੂੰ ਆਪਣੇ ਨਾਲ ਜੋੜਨ ਦਾ ਉਹ ਤਾਕਤ ਦੇ ਜ਼ੋਰ ਨਾਲ ਲੜਾਈ ਦੇ ਜ਼ੋਰ ਨਾਲ ਉਹ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੀਤਾ। ਈਵਨ ਮਾਲਵਿੰਦਰ ਸਿੰਘ ਵੀ ਉਦੋਂ ਇਹ ਵੀ ਤਾਂ ਇਤਿਹਾਸ ਦੱਸਦਾ ਵੀ ਜਿਹੜੇ ਉਹ ਚੱਲ ਕੇ ਆਏ ਸੀਗੇ ਵੀ ਸਾਨੂੰ ਆਪਣੇ ਨਾਲ ਰੜਾ ਲੋ। ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਬੈਟਰ ਜਿਹੜੀਆਂ ਫਿਰ ਉਹ ਫੈਸਿਲਿਟੀਆਂ ਵੀ ਤਾਂ ਤੁਸੀਂ ਲਾਹੌਰ ਦੀ ਜਦੋਂ ਦਾਸਤਾਨ ਸੁਣੋ ਜਾਂ ਤੁਸੀਂ ਕਸ਼ਮੀਰ ਦੀ ਦਾਸਤਾਨ ਸੁਣੋ ਜਦੋਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਾਲਾ ਰਾਜ ਪ੍ਰਬੰਧ ਦੇਖਿਆ ਜਿਹਨੂੰ ਸਰਕਾਰੀ ਖਾਲਸਾ ਕਿਹਾ ਜਾਂਦਾ ਸੀ ਸਿੱਕਾ ਵੀ ਗੁਰੂ ਦੇ ਨਾਂ ਦਾ ਸੀ। ਉਹ ਰਾਜ ਪ੍ਰਬੰਧ ਨੂੰ ਦੇਖ ਕੇ ਉੱਥੋਂ ਜਿਹੜੇ ਉੱਥੋਂ ਦੇ ਰਾਜੇ ਸੀ ਜਿਹੜੇ ਜ਼ੁਲਮ ਕਰਦੇ ਸੀ ਉਹਦੇ ਐਂਟੀ ਫੋਰਸਸ ਜਿਹੜੀਆਂ ਉਹ ਮਹਾਰਾਜਾ ਰਣ ਸਿੰਘ ਕੋਲੇ ਆਈਆਂ ਵੀ ਸਾਨੂੰ ਆਪਣੇ ਰਾਜ ਮੰਨ ਲਓ ਤੇ ਉਹ ਜਿਹੜੇ ਉਹਦੇ ਰਾਜ ਦੇ ਵਿੱਚ ਆਏ ਹੋ ਸਕਦਾ ਕੋਈ ਹੋਣ ਗਲਤੀਆਂ ਪਰ ਅੱਜ ਤੱਕ ਜੋ ਸਾਹਮਣੇ ਆ ਰਿਹਾ ਇਨਸਾਫ ਹੈ ਕੋਈ ਫਾਸੀ ਨਹੀਂ ਲੱਗੀ ਧਰਮ ਦੇ ਆਧਾਰ ਤੇ ਬਿਤਕਰਾ ਨਹੀਂ ਹੋਇਆ ਕੋਈ ਇਹ ਜੀ ਗੱਲ ਨਹੀਂ ਹੋਈ ਲੋਕ ਐਜੂਕੇਟ ਹੋਏ ਐਜੂਕੇਟ ਹੋਏ ਸੋ ਇਸ ਕਰਕੇ ਜਿਹੜੀ 1947 ਚ ਵੰਡ ਹੋਈ ਉਹ ਹੋਈ ਗੈਰ ਕੁਦਰਤੀ ਉਹ ਹੋਈ ਧਰਮਾਂ ਦੇ ਆਧਾਰ ਤੇ ਜੀ ਧਰਮਾਂ ਦੇ ਆਧਾਰ ਤੇ ਜਿਹੜੇ ਸਿੱਖ ਸੀ ਉਹ ਸਭ ਤੋਂ ਵੱਡੇ ਸੰਕਟ 'ਚ ਫਸ ਗਏ। ਹਮ ਇੱਕ ਤਾਂ ਰਾਜ ਕੀਤੇ ਹੋਏ ਦੀ ਭਾਵਨਾ ਸਾਡਾ ਰਾਜ ਸਾਡਾ ਦੇਸ਼ ਇੱਕ ਮੁੜ ਕੇ ਫਿਰ ਤੁਸੀਂ ਭਾਰਤ ਮਾਤਾ ਵਾਲੇ ਪਾਸੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਚੱਕਰ 'ਚ ਪੈ ਗਏ। ਹਮ ਤੇ ਉਹ ਵੀ ਪ੍ਰੈਕਟੀਕਲੀ ਕੀ ਆ ਵੀ 90 80% ਕੁਰਬਾਨੀਆਂ ਪੰਜਾਬੀਆਂ ਦੀਆਂ ਸਿੱਖਾਂ ਦੀਆਂ ਉਹ ਸਾਰੇ ਮਾਮਲੇ ਦੇ ਵਿੱਚ ਵੀ ਹਮ ਉਦੋਂ ਜਿਹੜਾ ਸਾਈਮਨ ਕਮਿਸ਼ਨ ਆਇਆ ਸੀ ਨਾ ਜੀ ਉਹ ਇਹ ਪ੍ਰਪੋਜ਼ਲ ਲੈ ਕੇ ਆਇਆ ਸੀ ਵੀ ਖੇਤਰੀ ਪ੍ਰੋਵਿੰਸ ਬਣਾਇਆ ਜਾਣ ਕੇਂਦਰ ਦੀ ਇੱਕ ਫੈਡਰਲ ਸਰਕਾਰ ਹੋਵੇ ਉਹਨਾਂ ਨੂੰ ਅਧਿਕਾਰ ਦਿੱਤੇ ਜਾਣ ਪਰ ਕਾਂਗਰਸ ਦੀ ਲੀਡਰਸ਼ਿਪ ਨੂੰ ਉਹ ਪੁੱਗਦਾ ਨਹੀਂ ਸੀ ਇਸ ਕਰਕੇ ਦੋ ਕੌਮਾਂ ਦੀ ਥਿਊਰੀ ਆਈ ਸਿੱਖੋ ਚ ਭਿੜੇ ਗਏ ਕਿਉਂਕਿ ਤਰਨਤਾਰ ਤੇ ਜਗਰਾਂਦ ਦੋਸਤੀਆਂ ਤੋਂ ਮੈਨਾਂ ਬਹੁ ਗਿਣਤੀ ਨਹੀਂ ਸੀ ਜੇ ਤੁਸੀਂ ਸਿਰਾਂ ਦੀ ਬਹੁ ਗਿਣਤੀ ਦੇ ਆਸਰੇ ਆਪਣਾ ਰਾਜ ਕਹੋ ਸਿੱਖਾਂ ਦਾ ਸਿਰਾਂ ਦੀ ਬਹੁ ਗਿਣਤੀ ਦੇ ਆਸਰੇ ਰਾਜ ਮੈਨੂੰ ਨਹੀਂ ਲੱਗਿਆ ਕਿਤੇ ਇਤਿਹਾਸ ਚ ਬਣਿਆ ਤੇ ਨਾ ਕਿਤੇ ਬਣਨ ਦੀ ਸੁਭਾਵਨਾ ਜਦੋਂ ਇਧਰਲੇ ਪਾਸੇ ਨੂੰ ਗੱਲ ਜਾਂਦੀ ਹੈ ਸਮਾਂ ਤੇ ਤਿਲਕਦੀ ਹੈ 647 ਵਾਲੀ ਵੰਡ ਦਾ ਜਿਹੜਾ ਉਹ ਚੀਜ਼ ਸੀ ਨਾ ਜੀ ਉਹ ਫਿਰ ਹਿੰਦੁਸਤਾਨ ਨੇ ਨੂੰ ਕਾਇਮ ਰੱਖਿਆ ਐ ਨਹੀਂ ਇਹ ਪਹਿਲੀ ਵਾਰ ਨਹੀਂ ਉੱਠੀ ਪਹਿਲਾਂ ਵੀ ਇਹ ਰੌਲਾ ਉੱਠਦਾ ਲਿਆਕਤ अली ਤੇ 네ਹਰੂ ਦਾ ਸਮਝੌਤਾ ਹੋਇਆ ਜਦੋਂ ਸ਼੍ਰੋਮਣੀ ਕਮੇਟੀ ਦੇ ਦੋ ਜਥਿਆਂ ਨੂੰ ਜਾਣ ਦੀ ਆਗਿਆ ਦਿੱਤੀ ਜੀ ਬਾਜਪਈ ਸਾਹਿਬ ਤੋਂ ਬਾਅਦ ਫਿਰ ਕੁਝ ਹੋਰ ਜਥੇ ਜਾਣ ਲੱਗੇ ਵੀ 100 ਬੰਦਾ ਤੁਸੀਂ ਵੀ ਜਾ ਸਕਦੇ ਹੋ ਭਾਈ ਮਰਦਾਨਾ ਸੋਸਾਇਟੀ ਆ ਜੀ ਫਲਾਨੀ ਸੋਸਾਇਟੀ ਆ ਜੀ ਇਸ ਤਰ੍ਹਾਂ ਦੇ ਵੀ ਜਾਣ ਲੱਗੇ ਦਿੱਲੀ ਗੁਰਦੁਆਰਾ ਕਮੇਟੀ ਵਾਲੇ ਵੀ ਜਾਣ ਲੱਗੇ ਸਾਰੇ ਕਾਸੇ ਦੇ ਵਿੱਚ ਪਹਿਲਾਂ ਵੀ ਉਹਨਾਂ ਨੇ ਈਜ਼ ਕੀਤਾ ਹੋਇਆ ਸੀ ਪਰ ਸਮੱਸਿਆ ਸਭ ਤੋਂ ਵੱਡੀ ਇਹ ਸੀ ਵੀ ਨਾ ਦੋਹਾਂ ਦੇਸ਼ਾਂ ਦੇ ਵਿੱਚ ਜਿਹੜੀ ਦੋਸਤੀ ਤੇ ਅਮਨ ਦੀ ਗੱਲ ਆ ਉਹ 'ਚ ਸਭ ਤੋਂ ਵੱਡੇ ਅੜਕੇ ਪਏ ਹੋਏ ਸੀ। ਹਮ ਇੱਕ ਜਾਂ ਦੂਜੇ ਬਹਾਨੇ ਮਤਲਬ ਇਹਨੂੰ ਰੋਕਿਆ ਜਾ ਰਹੀ ਸੀ, ਸਖਤੀਆਂ ਕੀਤੀਆਂ ਜਾ ਰਹੀਆਂ ਸੀ। ਤੁਸੀਂ ਇਹ ਦੇਖੋ ਬੰਬਈ ਹਮਲਾ ਹੋਇਆ ਹਮ ਕੱਡਾ ਵੱਡਾ ਹਮਲਾ ਹਮ ਕਿੰਨੇ ਬੰਦੇ ਮਾਰੇ ਗਏ ਹਮ ਬੰਬਈ ਤੇ ਕਰਾਚੀ 'ਚ ਵਪਾਰ 1% ਨਹੀਂ ਘਟਿਆ। ਨਹੀਂ ਘਟਿਆ। ਹਮ ਇੱਥੇ ਕਸ਼ਮੀਰ 'ਚ ਕੋਈ ਗੱਲ ਹੋ ਜੇ ਬਾਗਾ ਬਾਰਡਰ ਚ ਆ ਕੇ ਤਣੀਆਂ ਕਸੀਆਂ ਜਾਂਦੀਆਂ ਨੇ ਟਰੱਕ ਇਹ ਬੰਦ ਕਰ ਦਿੰਦੇ ਆ ਤੁਸੀਂ ਇਹ ਦੇਖੋ ਕੱਲੀ ਬਾਗਾ ਬਾਰਡਰ ਆ ਜਿੱਥੇ ਭੀੜ ਨੂੰ ਲਜਾਇਆ ਜਾਂਦਾ ਤੇ ਪਾਕਿਸਤਾਨ ਵਿਰੋਧੀ ਨਾਰੇ ਲਵਾਏ ਜਾਂਦੇ ਨੇ ਬਿਲਕੁਲ ਉਹੀ ਜੀ ਰੀਟ੍ਰੀਟ ਸੈਰੇਮਨੀ ਜੇ ਇਹ ਕਹਿੰਦੇ ਨੇ ਅਸੀਂ ਦੇਸ਼ਵਾਸੀਆਂ ਕਸ਼ਮੀਰ 'ਚ ਕਿਉਂ ਨਹੀਂ ਹੁੰਦੀ ਜੀ Rajasthan 'ਚ ਕਿਉਂ ਨਹੀਂ ਹੁੰਦੀ ਜੀ ਹੁਸੈਨੀਵਾਲਾ ਕਿਉਂ ਨਹੀਂ ਹੁੰਦੀ ਜੀ ਮਤਲਬ ਇੱਕ ਬਹੁਤ ਵਧੀਆ ਇੱਕ ਗੱਲ ਸਟੇਟ ਨਹੀਂ ਮਿੱਥੀ ਹੋਈ ਆ ਵੀ ਇਹ ਜਿਹੜੇ ਰਿਲੇਸ਼ਨ ਨੇ ਖਾਸ ਕਰਕੇ ਭਾਰਤ ਆਲੇ ਨੇ ਵੀ ইজি ਨਹੀਂ ਹੋਣ ਦੇਣੇ ਜਿਹੜਾ ਉਹ ਗੇਟ ਦੇ ਉੱਤੇ ਉਹ ਵਿਖਾਉਣਾ ਉਸ ਟਾਈਪ ਦਾ ਉਹ ਵੀ ਇੱਕ ਇਹਦਾ ਪਾਰਟ ਹੈ ਬਿਲਕੁਲ ਪਾਰਟ ਆ ਪਲਾਨਡ ਪਾਰਟ ਆ ਤੁਸੀਂ ਇਹ ਦੇਖੋ ਲੋਕਾਂ ਦੇ ਬੂਟ ਟੁੱਟ ਜਾਂਦੇ ਨੇ ਫੌਜੀਆ ਨੇ ਇਹਨੇ ਜੋਰ-ਜੋਰ ਨਾਲ ਮਾਰਦੇ ਨੇ ਬਸ ਦਿਮਾਗ ਤੱਕ ਉਹਦੀਆਂ ਜਾਂਦੀਆਂ ਨੇ ਇੱਕ ਇੱਕੇ ਬੰਦਾ ਰੋਜ਼ ਨਹੀਂ ਕਰ ਸਕਦਾ ਇਹਦੀ ਐਕਸਰਸਾਈਜ਼ ਸੋ ਇਹ 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 ਜਿਹੜੀ ਤਣਾਅ ਜਿਹੜੀ ਟੈਂਸ਼ਨ ਆ ਇਸ ਪ੍ਰਸੰਗ ਚ ਜਿਹੜਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲਣਾ ਇਹ ਬਹੁਤ ਵੱਡੀ ਗੱਲ ਆ ਇਸ ਪੱਖੋਂ ਵੀ ਗੁਰੂ ਨਾਨਕ ਨਾਮ ਲੈਵਾ ਕੱਲਾ ਸਿੱਖਾਂ ਦਾ ਨਹੀਂ ਗੁਰੂ ਨਾਨਕ ਨਾਮ ਲੈਵਾ ਮੈਂ ਤਾਂ ਇਦੋਂ ਵੀ ਵੱਧ ਕਹਿਣਾ ਵੀ ਗੁਰੂ ਨਾਨਕ ਨਾਮ ਲੈਵਾ ਦਾ ਘੇਰਾ ਤਾਂ ਬਹੁਤ ਵੱਡਾ ਇਹ ਚ ਹਿੰਦੂ ਵੀ ਨੇ ਮੁਸਲਮਾਨ ਨੇ ਪੰਜਾਬ ਚ ਵੀ ਆਪਾਂ ਦੇਖਦੇ ਆਂ ਮਨੁੱਖਤਾ ਦੀ ਗੱਲ ਆ ਮਨੁੱਖਤਾ ਦੀ ਗੱਲ ਆ ਇਹ ਜਿਹੜਾ ਪੀਪਲ ਟੂ ਪੀਪਲ ਕੰਟੈਕਟ ਆ ਇਹ ਦਾ ਖੁੱਲਾ ਹੋਣਾ ਇਹ ਆਪਣੇ ਆਪ ਉਹ ਰਾਹ ਖੋਲਦਾ ਬੀਨਾਂ ਦੋਹਾਂ ਦੇਸ਼ਾਂ ਨੂੰ ਅਮਨ ਦੀ ਲੋੜ ਆ ਸ਼ਾਂਤੀ ਦੀ ਲੋੜ ਆ ਜਿਹੜੇ ਵੀ ਮਸਲੇ ਨੇ ਜੋ ਵੀ ਨੇ ਉਹਨਾਂ ਨੂੰ ਗੱਲਬਾਤ ਰਾਹੀਂ ਸਲਝਾਉਣ ਦੀ ਲੋੜ ਆ ਇਸ ਪ੍ਰਸੰਗ 'ਚ ਇਹਦੀ ਬਹੁਤ ਵੱਡੀ ਅਹਿਮੀਅਤ ਆ ਤੇ ਇਹਦੇ ਨਾਲ ਜੁੜ ਕੇ ਜਿਹੜਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਸਨੇਹਾ ਦਿੱਤਾ ਵੀ ਤਿਆਰ ਚ ਸਾਡੀ ਖੁੱਲਣੀ ਆ ਜਿਹੜਾ ਉਹਨੇ ਕਿਹਾ ਵੀ ਜਿਹੜਾ ਡਰਾਵੇ ਦਿੱਤੇ ਜਾ ਰਹੇ ਨੇ ਵੀ ਸਾਡੇ 'ਚ ਜੰਗ ਹੋ ਵੀ ਜੰਗ ਹੋ ਹੀ ਨਹੀਂ ਸਕਦੀ ਬਹੁਤ ਵੱਡਾ ਇਹ ਬਹੁਤ ਵੱਡੀ ਗੱਲ ਹੈ ਇਹਦਾ ਮਤਲਬ ਤੁਸੀਂ ਹੁਣ ਤੱਕ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਵੀ ਜੰਗ ਦਾ ਤੁਸੀਂ ਜੰਗ ਦਾ ਮਾਹੌਲ ਸਿਰਜਦੇ ਹੋ ਜੰਗ ਤੁਸੀਂ ਕਰ ਨਹੀਂ ਸਕਦੇ ਮਾਹੌਲ ਸਿਰ ਤੇ ਜੰਗ ਹੋ ਨਹੀਂ ਸਕਦੀ ਜੰਗ ਹੋ ਨਹੀਂ ਸਕਦੀ ਜੇ ਜੰਗ ਹੋ ਦੋਹੇ ਤਬਾਹ ਹੋਣਗੇ ਇੱਕ ਦੂਜੇ ਨੂੰ ਜਿੱਤ ਨਹੀਂ ਸਕਦੇ ਜੇ ਪਾਕਿਸਤਾਨ ਨੂੰ ਭਾਰਤ ਜਿੱਤ ਵੀ ਲਵੇ ਸਮਝ ਲਓ ਨਾ ਕਸ਼ਮੀਰ ਨਹੀਂ ਸਾਨੂੰ ਦਾ ਨਹੀਂ ਜਦੋਂ ਜੇ ਨਿਊਕਲੀਅਰ ਤੱਕ ਹੀ ਆ ਗਿਆ ਜੀ ਤੇ ਫਿਰ ਤਾਂ ਕਿਹੜੇ ਜਿਉਂਦੇ ਰਹਿਣੇ ਨੇ ਸੋ ਇਹ ਜਿਹੜਾ ਸੁਨੇਹਾ ਵੀ ਅੱਜ ਦਾ ਜੁਗਾ ਜਿਹੜਾ ਜੰਗ ਦਾ ਨਹੀਂ ਦੋਸਤੀ ਦਾ ਅਮਨ ਦਾ ਇਹ ਕੱਲੇ ਸਿੱਖਾਂ ਦਾ ਪੰਜਾਬ ਵਾਸੀ ਸਾਡੇ ਲਈ ਤਾਂ ਹੈ ਹੀ ਬਹੁਤ ਮਹੱਤਵਪੂਰਨ ਕਿਉਂਕਿ ਜਦੋਂ ਵੀ ਕਿਤੇ ਦੇਸ਼ ਭਗਤੀ ਦੀ ਗੱਲ ਆਉਂਦੀ ਹੈ ਸੱਜਾ ਪੰਜਾਬੀਆਂ ਨੂੰ ਭੁਗਤਣ ਪੈਂਦੀ ਹੈ ਲੜਾਈ ਦੀ ਗੱਲ ਹੁੰਦੀ ਹੈ ਸਿੱਖ ਪਲਟਨਾ ਮੂਰੇ ਹੁੰਦੀਆਂ ਨੇ ਸੋ ਇਸ ਕਰਕੇ ਦੇਸ਼ ਭਗਤੀ ਦਾ ਰੌਲਾ ਕੀਮਤ ਵਸੂਲੀ ਜਾਂਦੀ ਹੈ ਪੰਜਾਬੀਆਂ ਤੋਂ ਕੋਈ ਵੀ ਗੱਲ ਹੋਵੇ ਸਾਰੇ ਪੰਜਾਬੀ ਨੇ ਜਿਹੜੇ ਦਿੱਲੀ ਤੋਂ ਹਵਾਈ ਉਡਾਣਾ ਭਰਦੇ ਨੇ ਜੀ ਹੂੰ ਕਰਾਚੀ ਲਾਬੀ ਆ ਜਿਹੜੀ ਬਾਗਾ ਬਾਰਡਰ ਨਹੀਂ ਖੋਲਣ ਦੇ ਰਹੀ ਜਿਹੜੀ ਦਿੱਲੀ ਦੀ ਲਾਬੀ ਆ ਉਹ ਚੰਡੀਗੜ੍ਹ ਦੇ 에어 ਸੱਦੇ ਇਹ 에어ਪੋਰਟ ਨਹੀਂ ਖੋਲਣ ਦੇ ਰਹੀ ਕੀ ਖਤਰਾ ਜੀ ਹੁਣ 에어ਪੋਰਟ ਤੋਂ ਸਾਨੂੰ ਦੱਸੋ ਜੇ મોદી ਬਿਨਾ ਦੱਸੇ ਜਹਾਜ਼ ਲੈ ਕੇ ਪਾਕਿਸਤਾਨ ਤੇ ਉਤਰ ਸਕਦਾ ਕੋਈ ਖਤਰਾ ਨਹੀਂ ਤੇ ਅਮਰitsar ਤੇ ਚੰਡੀਗੜ੍ਹ ਤੋਂ ਕਿਉਂ ਨਹੀਂ ਉਡਾਣਾ ਹੋ ਸਕਦੀ ਹੂੰ ਤੇ ਫਿਰ ਲੋਕ ਇਹੀ ਕਹਿੰਦੇ ਨੇ ਨਾ ਜੀ ਵੀ ਜਿੱਦੇ ਚੰਡੀਗੜ੍ਹ ਹਵਾਈ ਅੱਡਾ ਆਵਾਨੀ ਨੂੰ ਦੇ ਤਾਂ ਠੇਕੇ ਤੇ ਨਾਲ ਇਥੋਂ ਵੀ ਕੰਮ ਸ਼ੁਰੂ ਹੋ ਜਾ ਹੂੰ ਸੋ ਇਸ ਪੱਖੋਂ ਇਹ ਬਹੁਤ ਵੱਡੀ ਗੱਲ ਆ ਵੀ ਦੋਹਾਂ ਦੇਸ਼ਾਂ ਦੇ ਵਿੱਚ ਅਮਨ ਸ਼ਾਂਤੀ ਵਾਲੀ ਗੱਲ ਆ ਜਿਹੜੀ ਉਹਦਾ ਬੁੱਲਾ ਆ ਤੇ ਜਿਹੜੀਆਂ ਦੂਜੀਆਂ ਗੱਲਾਂ ਨੇ ਉਹ ਘਟੀਆਂ ਨੇ ਮਾਹੌਲ ਦੂਜੇ ਪਾਸੇ ਨੂੰ ਸੱਜਿਆ ਜਾ ਰਿਹਾ ਵੀ ਇਹ ਜਿਹੜੇ ਜੰਗਬਾਜ਼ ਨੇ ਇਹ ਮਾਹੌਲ ਖਤਮ ਕਰੋ ਆਪਸੀ ਕੰਟੈਕਟ ਵਧਾਓ ਇਹ ਉਹਦੇ ਵਿੱਚ ਸਿੱਖਾ ਜਿਹੜੇ ਇਹਨਾਂ ਦੇ ਸਿਰ ਸੇਰਾ ਵੱਜ ਗਿਆ ਬਾਬੇ ਨਾਨਕ ਦੀ ਵਿਚਾਰਧਾਰਾ ਦੇ ਸਿਰ ਸੇਰਾ ਵੱਜ ਗਿਆ ਦੇਖੋ ਫੈਸਲਾ ਸਿਆਸੀ ਆ ਹੁਣ ਕਈ ਬੰਦੇ ਕਹਿੰਦੇ ਧਾਰਮਿਕ ਮਸਲਾ ਬਿਲਕੁਲ ਧਾਰਮਿਕ ਨਹੀਂ ਧਾਰਮਿਕ ਯਾਤਰਾ ਕਹਿ ਸਕਦੇ ਅਸੀਂ ਫੈਸਲਾ ਪੋਲੀਟੀਕਲ ਆ ਕਿਉਂਕਿ ਇਹਦੀ ਪੋਲੀਟੀਕਲ ਇੰਪਲੀਕੇਸ਼ਨ ਹੈ ਜੇ لیاقت ਅਲੀ ਵੇਲੇ ਆ ਸਮਝੌਤਾ ਹੋਇਆ ਜਦੋਂ ਗੁਰੂ ਨਾਨਕ ਸਾਹਿਬ ਦਾ 500 ਸਾਲਾ ਦਿਵਸ ਮਨਾਇਆ ਜੇ ਤੁਸੀਂ ਇੰਦਰਾ ਗਾਂਧੀ ਦੇ ਤਕਰੀਰਾਂ ਉਦੋਂ ਦੇਖੋ ਵੀ ਅਸੀਂ ਨਨਕਾਣਾ ਸਾਹਿਬ ਨੂੰ ਵੀ ਪਰਮਿਟ ਖੋਲ ਲਾਂਗੇ ਅਸੀਂ ਇੱਥੇ ਨੂੰ ਵੀ ਕਰ ਦਾਂਗੇ ਕੱਲਾ ਇਹ ਕਿ ਅਸੀਂ ਸਾਰੇ ਗੁਰਧਾਮਾਂ ਦਾ ਖੁੱਲਾ ਕਰ ਦਾਂਗੇ ਪਰ ਫਿਰ ਕਿਸੇ ਨਾ ਕਿਸੇ ਬਹਾਨੇ ਹੱਥ ਪਿੱਛੇ ਖਿੱਚੇ ਦਿੰਦੇ ਹੁਣ ਵੀ ਦੇਖੋ ਪਾਕਿਸਤਾਨ ਨੇ ਪਹਿਲ ਕੀਤੀ ਆ ਆਪਾਂ ਜੋ ਮਰਜੀ ਕਹੀ ਜੋ ਜੀ ਬਿਲਕੁਲ ਬਿਲਕੁਲ ਪਹਿਲ ਉਹਨਾਂ ਨੇ ਕੀਤੀ ਆ ਤੇ ਇਹਨਾਂ ਦਾ ਹੰਗਾਰਾ ਕੀ ਸੀ ਵੱਡੀ ਟੈਲੀਸਕੋਪ ਲਾ ਦਾਂਗੇ ਹਾਂ ਪਰ ਪ੍ਰੈਸ਼ਰ ਐਡਾ ਸੀ ਦੁਨੀਆ ਦਾ ਜੈਸ ਅਮਨ ਤੇ ਸ਼ਾਂਤੀ ਦਾ ਕਿ ਅਚਾਨਕ ਕੇਂਦਰੀ ਮੰਤਰੀ ਮੰਡਲ ਦੇ ਏਜੰਡੇ ਚ ਏਜੰਡਾ ਨਹੀਂ ਸੀ ਫੌਰੀ ਏਜੰਡਾ ਲਿਆਂਦਾ ਤੇ ਪ੍ਰਮਾਨ ਕੀਤਾ ਪਰ ਫੇਰ ਵੀ ਉਹਨਾਂ ਦਾ ਤਾਂ ਪਹਿਲੀ ਪੱਥਰ ਸੀ 28 ਨੂੰ ਆ ਗਿਆ ਸੀ ਸੋਸ਼ਲ ਮੀਡੀਆ ਤੇ 28 ਨੂੰ ਉਹ ਘਟਨ ਹੋ ਰਿਹਾ ਇਹ ਪਹਿਲਾਂ ਆ ਗਿਆ 26 ਨੂੰ ਕਰਾਂਗੇ 26 ਜੋੜਿਆ ਬੰਬੇ ਨਾਲ 21 11 ਹਾਂਜੀ ਹਾਂ ਬਿਲਕੁਲ ਮਤਲਬ ਇਹ ਜਿਹੜੇ ਸਿੰਬਲ ਚੁਣਦੇ ਨੇ ਨਾ ਜੀ ਜਦੋਂ ਇਹ ਕਹਿੰਦੇ ਨੇ ਆਪਰੇਸ਼ਨ ਬਲੂ ਸਟਾਰ ਇਹ ਜਿਹੜੇ ਸਿੰਬਲ ਚੁਣਦੇ ਨੇ ਬੜੇ ਖਤਰਨਾਕ ਸਿੰਬਲ ਨੇ ਵੀ ਇਹਨੂੰ 26 11 ਵਜੋਂ ਜਾਣਿਆ ਜਾਵੇ ਬਿਲਕੁਲ ਹਾਂ ਤੇ ਇਹ ਵੀ ਇਹ ਵੀ ਜਿਹੜਾ ਜੀ ਬਹੁਤ ਇੱਕ ਟੈਕਨੀਕਲ ਪੁਆਇੰਟ ਦਾ ਦਿਵਾ ਰਿਹਾ ਤੁਸੀਂ ਮਾਲਵਿੰਦਰ ਸਿੰਘ ਮਾਲੀ ਸਾਡੇ ਨਾਲ ਮੌਜੂਦ ਨੇ ਜੀ ਟਿੱਪਣੀ ਕਰਨੇ ਔਰ ਮੈਂ ਜਿਵੇਂ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਕੁਝ ਲੋਕ ਨੇ ਜਿਨ੍ਹਾਂ ਦੀਆਂ ਟਿੱਪਣੀਆਂ ਬੜੀ ਅਹਿਮੀਅਤ ਰੱਖਦੀਆਂ ਨੇ ਚਾਈਨਾ ਤੋਂ ਸਭ ਤੋਂ ਵੱਡਾ ਖਤਰਾ ਹੈ ਕਹਿੰਦੇ ਜੀ ਉਹਦੀ ਸੜਕ ਤੋਂ ਖਤਰਾ ਹੈ ਕੀ ਜੇ ਵਪਾਰ ਖੁੱਲਦਾ ਥਰੂ ਪਾਕਿਸਤਾਨ ਦੇ ਤਾਂ ਪੰਜਾਬ ਜਿਹੜਾ ਹੈ ਜੀ ਉਹ ਕੀ ਉਹਦੇ ਵਿੱਚ ਤਰੱਕੀ ਕਰ ਸਕਦਾ ਜਾਂ ਲਹਿੰਦਾ ਚੜਦਾ ਪੰਜਾਬ ਜਿਹੜਾ ਜੀ ਉਹ ਤਰੱਕੀ ਜਿਹੜਾ ਜੀ ਉਹ ਕਰ ਸਕਦੇ ਨੇ ਕਿਉਂਕਿ ਇਹ ਕਿਹਾ ਜਾਂਦਾ ਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਦੇ ਸਮੇਂ ਇਹਦੀ ਤਿਆਰੀ ਕਾਫੀ ਹੱਦ ਤੱਕ ਹੋਈ ਹੋਈ ਸੀਗੀ ਜਿਹੜੀ ਸੜਕੀ ਜਿਹੜਾ ਵਪਾਰ ਹੈ ਉਹਦੇ ਨਾਲ ਪਰ ਜੋ ਮਾਲੀ ਜੀ ਨੇ ਕੁਝ ਟਿੱਪਣੀਆਂ ਜੜੀਆਂ ਦੀ ਉਹ ਕੀਤੀਆਂ ਨੇ ਕਿ ਇਹਨਾਂ ਨੂੰ ਰੱਖਣਾ ਉੱਥੇ ਥਾਂ ਸਿਰ ਦੇ ਉੱਤੇ ਜਿਹੜਾ ਜੀ ਉਹ ਚੀਜ਼ਾਂ ਜੜੀਆਂ ਹੁਣ ਕੀ ਆਉਣ ਵਾਲੇ ਸਮੇਂ ਦੇ ਦੌਰਾਨ ਆੜੇ ਹੋਣਗੀਆਂ ਜੋ ਕੁਝ ਜਿਹੜਾ ਜੀ ਉਹ ਪਿਛਲੇ ਸਮੇਂ ਦੇ ਦੌਰਾਨ ਚੱਲਦਾ ਰਿਹਾ ਜਾਂ ਜਿਹੜੇ ਉਹਨਾਂ ਨੇ ਪ੍ਰੈਸ਼ਰ ਦੀ ਗੱਲ ਕੀਤੀ ਆ ਕਿ ਵਿਸ਼ਵ ਪੱਧਰ ਦੇ ਵਿੱਚ ਬੈਠਾ ਭਾਈਚਾਰਾ ਜਿਹੜਾ ਇੱਕ ਬਹੁਤ ਵੱਡਾ ਪ੍ਰੈਸ਼ਰ ਗਰੁੱਪ ਬਣ ਗਿਆ ਦੁਨੀਆ ਭਰ ਦੇ ਵਿੱਚ ਬੈਠਾ ਹੋਇਆ ਇਸ ਕਰਕੇ ਜਿਹੜਾ ਜੀ ਸ਼ਾਇਦ ਕੁਝ ਜਿਹੜਾ ਜੀ ਉਹ ਬਦਲੇ ਇੱਕ ਛੋਟੀ ਜੀ ਬ੍ਰੇਕ ਉਸ ਤੋਂ ਬਾਅਦ ਜਿਹੜੀਆਂ ਸੰਭਾਵਨਾਵਾਂ ਨੇ ਵਪਾਰ ਦੀਆਂ ਉਹਦੇ ਉੱਤੇ ਟਿੱਪਣੀ ਜਿਹੜੀ ਜੀ ਮਾਲੀ ਜੀ ਦੇ ਨਾਲ ਕਰਾਂਗੇ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਵਾਪਸ ਪਰਤ ਸਵਾਗਤ ਹੈ ਜੀ ਇੱਕ ਵਾਰੀ ਫੇਰ ਬ੍ਰੇਕ ਤੋਂ ਬਾਅਦ ਮਾਲਵਿੰਦਰ ਸਿੰਘ ਮਾਲੀ ਜੀ ਸਾਡੇ ਨਾਲ ਫਾਇਰ ਲਾਈਨ ਦੇ ਵਿੱਚ ਮੌਜੂਦ ਨੇ ਸਿਆਸੀ ਟਿੱਪਣੀਕਾਰ ਨੇ ਔਰ ਜਾਣਦੇ ਨੇ ਸਿਚੁਏਸ਼ਨ ਜਿਹੜੀ ਉਹ ਗਰਾਉਂਡ ਦੀ ਜਿਹੜੀ ਦੀ ਓ ਕੀ ਹੈ ਔਰ ਗਰਾਉਂਡ ਦੀ ਜਦੋਂ ਗੱਲ ਹੋਈ ਤਾਂ ਅੱਜ ਦੇਖਿਆ ਜਾਵੇ ਜੇ ਚਾਈਨਾ ਜਿਹੜਾ ਦੀ ਉਹ ਛੜੱਪੇ ਮਾਰਦਿਆਂ ਅੱਜ ਵਿਸ਼ਵ ਦੀ ਵੱਡੀ ਤਾਕਤ ਵਜੋਂ ਉੱਭਰ ਆਇਆ ਤੇ ਉਹਦਾ ਜਿਹੜਾ ਪ੍ਰਮੁੱਖ ਕਾਰਨ ਇਹ ਹੈ ਕਿ ਉਹਨੇ ਵਪਾਰ ਦੇ ਵਿੱਚ ਜੋ-ਜੋ ਕੁਝ ਕੀਤਾ ਮਸੰਬਿਤ ਉਹਨੂੰ ਸਿੱਖਿਆ ਲੈਣ ਦੀ ਜੜੀ ਦੀ ਉਹ ਜ਼ਰੂਰਤ ਹੈ ਕਿਉਂਕਿ ਇਹ ਉਹ ਸਮਾਂ ਹੀ ਨਹੀਂਗਾ ਜਦੋਂ ਤੁਸੀਂ ਬੂਹੇ ਬੰਦ ਕਰਕੇ ਜੜਾ ਦੀ ਉਹ ਬਹਿ ਜਾਓ ਬੂਹੇ ਖੁੱਲਣੇ ਜੜਾ ਦੀ ਉਹ ਪੈਣਗੇ ਔਰ ਆਪਣੇ ਆਪ ਨੂੰ ਜੜਾ ਉਹ ਤਿਆਰ ਕਰਨਾ ਪਊਗਾ ਵੱਡੇ ਜਿਹੜੇ ਵਪਾਰੀ ਨੇ ਉਹਨਾਂ ਦੇ ਨਾਲ ਸ਼ਾਇਦ ਕਿਤੇ ਨਾ ਕਿਤੇ ਪੰਜਾਬ ਦੇ ਕਿਸਾਨ ਦੀ ਸਮੱਸਿਆ ਵੀ ਇਹੀ ਬਣੀ ਕਿ ਉਹਨੂੰ ਤਿਆਰ ਨਹੀਂ ਕੀਤਾ ਜੜਾ ਦੀ ਉਹ ਜਾ ਸਕਿਆ ਔਰ ਦੂਸਰਾ ਜਿੰਸਾਂ ਦੀ ਜਦੋਂ ਗੱਲ ਆਉਂਦੀ ਹੈ ਆ ਜਾਂਦਾ ਕਿ ਜੜੀਆਂ ਦੂਸਰੀਆਂ ਫਸਲਾਂ ਹੋਣ ਪਰ ਜੇ ਇਹ ਵਪਾਰ ਜਿਹੜਾ ਜੀ ਉਹ ਖੁੱਲਦਾ ਦੇਖੋ ਜੇ ਕਿਸੇ ਨੂੰ ਇੱਕ ਕਿੱਲੇ ਦੇ ਵਿੱਚੋਂ ਲੱਖ-ਲੱਖ ਰੁਪਈਆ ਬਣਦਾ ਸਬਜ਼ੀਆਂ ਦਾ ਤਾਂ ਕਿਸਾਨ ਕਿਉਂ ਨਹੀਂ ਲਾਊਗਾ ਪਰ ਉਹਦੇ ਵਾਸਤੇ ਉਹਨੂੰ ਮਾਰਕੀਟਿੰਗ ਚਾਹੀਦੀ ਹੋਊਗੀ ਉਹਨੂੰ ਖਪਤ ਜਿਹੜੀ ਆ ਜੀ ਉਹ ਚਾਹੀਦੀ ਹੋਊਗੀ ਉਹ ਕਿਵੇਂ ਹੋਊਗੀ ਉਹ ਵਪਾਰ ਦੇ ਨਾਲ ਸੋ ਮਾਲਵਿੰਦਰ ਸਿੰਘ ਜੀ ਜਿਹੜਾ ਇਹ ਦੇਖਿਆ ਜਾ ਰਿਹਾ ਤੁਸੀਂ ਜ਼ਿਕਰ ਕਰ ਰਹੇ ਸੀ ਆਫ ਦੀ ਏਅਰ ਵੀ ਜਿਹੜਾ ਕੋਰੀਡੋਰ ਜਿਹੜਾ ਦੀ ਉਹ ਬਣ ਰਿਹਾ ਜਿਹੜਾ ਮੁੰਬਈ ਤੋਂ ਆ ਰਿਹਾ ਸਿੱਧਾ ਇਹ ਕਿਤੇ ਨਾ ਕਿਤੇ ਰੂਪ ਦੇ ਵਿੱਚ ਤਾਂ ਜੜੀਆਂ ਦੀ ਉਹ ਤਿਆਰੀਆਂ ਨੇ ਕੀ ਇਹ ਸਮਝਿਆ ਜਾ ਸਕਦਾ ਜੀ ਕਿ ਜਿਹੋ ਜਿਹ ਪ੍ਰੈਸ਼ਰ ਇਹ ਬਿਲਡ ਹੋਇਆ ਕਰਤਾਰਪੁਰ ਦਾ ਲੰਘਾ ਇਹ ਠੀਕ ਹੈ ਤੁਹਾਡੀ ਗੱਲ ਠੀਕ ਹੈ ਕਿ ਸਿਆਸੀ ਫੈਸਲਾ ਬਿਨਾ ਉਹ ਤੋਂ ਸੰਭਵ ਨਹੀਂ ਸੀਗਾ ਇਹ ਧਾਰਮਿਕ ਹੈ ਨਾ ਧਾਰਮਿਕ ਪੁਆਇੰਟ ਆਫ View ਦੇ ਨਾਲ ਦੇਖਿਆ ਜਾਵੇ ਪਰ ਇਹਦੇ ਨਾਲ ਨਾਲ ਇਹ ਆਉਣ ਵਾਲੇ ਦਿਨਾਂ ਚ ਖੁੱਲੂਗਾ ਜੀ ਕਿ ਸਰਹੱਦ ਜਿਹੜੀ ਹੈ ਜੀ ਉਹ ਵਪਾਰ ਵਾਸਤੇ ਖੁੱਲੂਗੀ ਔਰ ਭੁਖਮਰੀ ਦੇ ਨਾਲ ਲੜ ਰਹੇ ਲੋਕ ਉਧਰ ਵੀ ਪਾਕਿਸਤਾਨ ਦੇ ਵਿੱਚ ਵੀ ਹਾਲਾਤ ਇਹ ਨੇ Imran Khan ਹੋਰ ਨੇ ਇੱਕ ਹੋਰ ਗੱਲ ਜਿਹੜੀ ਉਭਾਰੀ ਵੱਡੀ ਜਿਹੜੀ ਸੀ ਚਾਹੇ ਉਹ ਫੌਜ ਹੈ ਚਾਹੇ ਉਹ ਆਪ ਨੇ ਚਾਹੇ ਸਰਕਾਰ ਹੈ ਇੱਕ ਗੱਲ ਦੇ ਵਾਸਤੇ ਤਿਆਰ ਨੇ ਕਿ ਅਸੀਂ ਅੱਗੇ ਵਧਣਾ ਚਾਹੁੰਦੇ ਆ ਅੱਗੇ ਵਧਣ ਤੋਂ ਇਸ਼ਾਰਾ ਸ਼ਾਇਦ ਇਹ ਜਿਹੜਾ ਵਪਾਰ ਵੱਲ ਨੂੰ ਹੀ ਆ ਦੇਖੋ ਜੀ ਆਪਸੀ ਜਦੋਂ ਸਾਂਝਾ ਹੁੰਦੀ ਹੈ ਨਾ ਜੀ ਉਹਦੇ ਵਿੱਚ ਧਰਮ ਦੀ ਗੱਲ ਵੀ ਆ ਉਹਦੇ ਵਿੱਚ ਸੱਭਿਆਚਾਰ ਦੀ ਗੱਲ ਵੀ ਆ ਇਤਿਹਾਸ ਦੀ ਗੱਲ ਵੀ ਆ ਵਿਰਸੇ ਦੀ ਗੱਲ ਵੀ ਆ ਮਨੁੱਖ ਭਾਵਨਾਵਾਂ ਦੀ ਗੱਲ ਆ ਪਰ ਉਹਦੇ ਵਿੱਚ ਆਰਥਿਕਤਾ ਦੀ ਵੀ ਆ ਹਮ ਬਾਬੇ ਨਾਨਕ ਨੇ ਵੀ ਕਿਹਾ ਨੇ ਵੀ ਜਹਾਂ ਜਾਣਾ ਤਹਾਂ ਖਾਣਾ ਕਿਰਤ ਤੱਕੇ ਦੇ ਸੋ ਇਸ ਕਰਕੇ ਜਿਹੜਾ ਬਾਬੇ ਨਾਨਕ ਦਾ ਫਲਸਫਾ ਜੇ ਉਸ ਦੇ ਆਧਾਰ ਤੇ ਸਿਆਸਤ ਕੀਤੀ ਜਾਂਦੀ ਆ ਤਾਂ ਕੋਈ ਮਾੜੀ ਨਹੀਂ ਹਮ ਸਰਬੱਤ ਦਾ ਭਲਾ ਹੈ ਜੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਨਾ ਕੋਈ ਵੈਰੀ ਨਹੀਂ ਬਗਾਨਾ ਸਗਲ ਸਭ ਕਿਰਤ ਕਰੋ ਵੰਡ ਛਕੋ ਜੋ ਕਰਤਾਰਪੁਰ ਦਾ ਮੈਸੇਜ ਹੈ ਇਹ ਇਹਦੇ ਆਧਾਰ ਤੇ ਜਿਹੜੇ ਫੰਕਸ਼ਨ ਹੋਏ ਨੇ ਸਿਆਸੀ ਜੇ ਇਹਦੇ ਆਧਾਰ ਤੇ ਬਾਬੇ ਨਾਨਕ ਦਾ ਸੰਦੇਸ਼ ਸੇ ਅਸੀਂ ਅਨਵਾਦ ਕਰਕੇ ਲੋਕਾਂ ਨੂੰ ਦੱਸਿਆ ਜਾਂਦਾ ਕੋਈ ਰੋਲਾ ਨਹੀਂ ਸੀ ਇਹ ਉੱਥੋਂ ਤਿਲਕੇ ਨੇ ਚਲੋ ਆਪਣੀ ਗੱਲ ਦੂਜੇ ਪਾਸੇ ਜਾਂਦੀ ਹੈ ਵਪਾਰ ਇੱਕ ਬਹੁਤ ਵੱਡੀ ਗੱਲ ਆ ਪੀਪਲ ਟੂ ਪੀਪਲ ਕੰਟੈਕਟ ਆ ਇੱਕ ਵਪਾਰ ਆ ਵਪਾਰ ਦੇ ਵਿੱਚੋਂ ਕੀ ਆ ਜੀ ਮੰਨ ਲਓ ਪੰਜਾਬ ਦੇ ਲਈ ਵਪਾਰੀਆਂ ਨੇ ਵਪਾਰ ਕਰਨਾ ਜਿੰਸਾ ਜਿਹੜੀ ਕਿਸਾਨ ਨੇ ਬੀਜਣੀ ਆ ਪੈਦਾ ਕਰਨੀ ਆ ਮੰਡੀ ਚ ਦੇਣੀ ਆ ਜਿਹਦੇ ਵਿੱਚ ਫਲ ਨੇ ਸਬਜ਼ੀਆਂ ਨੇ ਚੌਲ ਨੇ ਆਲੂ ਨੇ ਹੋਰ ਵੈਰੀਅਸ ਕਿਸਮ ਦੀਆਂ ਚੀਜ਼ਾਂ ਹੋ ਸਕਦੀਆਂ ਜੇ ਪੰਜਾਬ ਦੇ 20% ਲੋਕ ਆ ਜਿਹੜੇ ਉਹਨਾਂ ਦੀ ਜਿੰਸ ਇਹ ਵਪਾਰ ਦੇ ਰਾਹੀਂ ਪਾਕਿਸਤਾਨ ਚ ਜਾਂਦੀ ਆ ਉਹਨਾਂ ਨੂੰ ਖੁਸ਼ਹਾਲੀ ਮਿਲਦੀ ਆ ਆਰਥਿਕ ਤੌਰ ਤੇ ਵੀ ਕਿੰਨੇ ਟੱਕਾਂ ਲਏ ਜਾਂਦੇ ਨੇ ਕਿੰਨੀ ਲੇਬਰ ਜਾਂਦੀ ਆ ਕਿੰਨੇ ਵਪਾਰੀ ਲੱਗੇ ਹੋਏ ਨੇ ਉਹਨਾਂ ਸਭ ਦੇ ਹਿੱਤੇ ਇਸ ਗੱਲ ਨਾਲ ਜੁੜ ਜੂ ਵੀ ਬਾਰਡਰ ਆ ਜਿਹੜਾ ਉਹ ਸ਼ਾਂਤ ਰਹਿਣਾ ਚਾਹੀਦਾ ਸਾਡੀ ਦੋਸਤੀ ਆ ਜਿਹੜੀ ਉਹ ਸਾਡੇ ਫਾਇਦੇ ਚ ਦੁਸ਼ਮਣੀ ਕਰਕੇ ਦੇਖ ਲਈ ਅਸੀਂ 70 ਸਾਲ ਸੋ ਇਹ ਜਿਹੜਾ ਵਪਾਰ ਦੀ ਗੱਲ ਆ ਇਹ ਦੋਹਾਂ ਦੇਸ਼ਾਂ ਦੇ ਵਿੱਚ ਸਾਂਝ ਬਣਾਉਣ ਲਈ ਇਥੋਂ ਦੋਹਾਂ ਪਾਸਿਆਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਆਰਥਿਕਿਕ ਦੂਜੇ ਨਾਲ ਜੋੜਨ ਲਈ ਦੇਖੋ ਸਾਡੀ ਬੋਲੀ ਸੱਭਿਆਚਾਰ ਤਾਂ ਪਹਿਲੀ ਬਹੁਤ ਮਿਲਦਾ ਉਹਨਾਂ ਦੇ ਨਾਲ ਬਹੁਤ ਜ਼ਰੂਰੀ ਆ ਤੇ ਇਹਦਾ ਬਹੁਤ ਵੱਡਾ ਰੋਲ ਹੋਣਾ ਸਾਰੇ ਕਾਸੇ ਚ ਜਦੋਂ ਆਪਾਂ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹਾਂ ਕਣਕ ਤੇ ਚੌਲ ਤੋਂ ਬਿਨਾਂ ਪੰਜਾਬ ਚ ਕਿਹੜੀ ਫਸਲ ਵਿਖਦੀ ਹੈ ਜੀ ਮੈਨੂੰ ਵੀ ਦੱਸੋ ਐਤਕੀ ਕਿਸਾਨਾਂ ਦੇ ਮਟਰ ਵਧੀਆ ਹੋ ਗਏ 3 ਰੁਪਏ ਕਿਲੋ ਆ ਗਏ ਹੈ ਜੀ ਤੁਹਾਡੀ ਸੋਆ ਬੀਨ ਆ ਜਿਹੜੀ ਤੁਸੀਂ ਉਹ ਬੀਜਤੀ ਉਹਦਾ ਰੇਟ 5100 ਆ 3700 ਰੁਪਏ ਤੇ ਖਰੀਦੀ ਜਾ ਰਹੀ ਹੈ ਜੰਨੇ ਵਾਲੇ ਵਿਚਾਰੇ ਧਰਨਾ ਲਾਉਂਦੇ ਫਿਰਦੇ ਮੈਂ ਕਹਿੰਦਾ ਮੱਕੀ ਦੇਖੋ ਜੀ 900 ਰੁਪਏ ਕੁਇੰਟਲ ਨੂੰ ਵੀ ਕੀਆ ਹੁਣ 1700 ਨੂੰ ਵਿਕ ਰਹੀ ਹੈ ਜਦੋਂ ਕਿਸਾਨ ਦੇ ਉਦੋਂ ਉਦੋਂ ਚਲੀ ਗਈ ਸੋ ਡਾਈਵਰਸੀਫਿਕੇਸ਼ਨ ਵੀ ਤਾਂ ਹੋ ਹਾਂ ਖੇਤੀ ਦੇ ਵਿੱਚ ਜਦੋਂ ਤੁਸੀਂ ਮੁੱਲ ਲਾਉਨੇ ਉਹਦੀ ਮਾਰਕੀਟਿੰਗ ਹੋ ਜੇ ਉਹਦੀ ਮਾਰਕੀਟਿੰਗ ਨਹੀਂ ਉਹਨੂੰ ਖਰੀਦਦਾ ਨਹੀਂ ਕੋਈ ਫਿਰ ਲੋਕ ਅਗਲੇ ਕਹਿੰਦੇ ਫਿਰ ਝੋਨਾ ਤੇ ਕਣਕ ਖਰੀਦੀ ਵੇਚੀ ਤਾਂ ਜਾਂਦੀ ਹੈ ਨਾ ਜੀ ਇਸ ਕਰਕੇ ਵਪਾਰ ਆ ਜਿਹੜਾ ਇਹਨੇ ਬਹੁਤ ਵੱਡਾ ਰੋਲ ਲਭਾਉਣਾ ਨਾ ਸਿਰਫ ਪਾਕਿਸਤਾਨ ਤੇ ਪੰਜਾਬ 'ਚ ਸਭ ਤੋਂ ਭਾਰਤ ਤੋਂ ਲੈ ਕੇ ਸਾਊਥ ਏਸ਼ੀਆ ਤੱਕ ਮਿਡਲ ਈਸਟ ਤੱਕ ਇਹਨੇ ਜਾਣਾ ਜੀ ਜਦੋਂ ਤੁਹਾਡਾ ਵਪਾਰ ਹੋ ਜਾਂਦਾ ਤੁਹਾਡੇ ਆਰਥਿਕ ਹਿੱਤ ਉੱਤੋਂ ਦੀ ਹੋ ਜਾਂਦੇ ਆ ਇਸ ਕਰਕੇ ਕਰਾਚੀ ਤੇ ਬੰਬੇ ਲੰਘ ਬੰਦ ਨਹੀਂ ਹੁੰਦਾ ਨਾ ਉੱਥੇ ਦੇ ਸਿਆਸਤਦਾਨ ਨਾ ਉੱਥੇ ਦੇ ਵਪਾਰੀ ਨਾ ਉੱਥੇ ਦੀ ਅਫਸਰਸ਼ਾਹੀ ਕੋਈ ਨਹੀਂ ਜੇ ਬੰਦ ਹੋ ਗਿਆ ਇਹਦੇ ਨਾਲ ਤਾਂ ਫਰਕ ਪੈ ਜੂ ਸੋ ਇਹ ਪੰਜਾਬ 'ਚ ਚੱਲਣਾ ਚੁੱਕੇ ਚਲਾਉਣਾ ਤਾਂ ਉਹ ਬਿਜ਼ਨਸਮੈਨਾਂ ਨੇ ਹੈ ਨਾ ਜਿਹੜਾ ਵਪਾਰ ਕਰ ਰਹੇ ਸਾਰਾ ਕੁਝ ਹੀ ਢਾਂਚਾ ਹੀ ਉਹ ਚਲਾਉਂਦੇ ਆ ਲੈ ਕਰ ਇਹੀ ਕਹਿਣਾ ਨਹੀਂ ਇਹ ਵੀ ਸਾਰਾ ਕੁਝ ਆ ਕੇ ਬਾਗਾ ਬਾਰਡਰ ਤੇ ਕੋਈ ਫੋਕਸ ਹੋ ਜਾਂਦਾ ਸਾਰਾ ਕੁਝ ਜਾਂਦਾ ਪਾਕਿਸਤਾਨ ਨੂੰ ਸਾਰੀਆਂ ਵਸਤਾਂ ਜਾਂਦੀਆਂ ਨੇ ਬਾਗੇ ਬਾਰਡਰ ਤੇ ਆ ਕੇ ਕਿਉਂ ਆ ਜਾਂਦਾ ਵੀ ਆ ਵਸਤਾਂ ਨਹੀਂ ਭੇਜੀਆਂ ਜਾ ਸਕਦੀਆਂ ਦੀ ਜੇ ਹਵਾਈ ਜਹਾਜ਼ ਬੰਬੇ ਤੋਂ ਚੱਲ ਸਕਦੇ ਆ ਜਿਹੜੇ ਸਮੁੰਦਰੀ ਰਸਤੇ ਆਏ ਸੀ ਨਾ ਜੀ ਹਮਲਾ ਕਰਨ ਵਾਲੇ ਤੇ ਫਿਰ ਉਹ ਸਮੁੰਦਰੀ ਰਸਤ ਕੰਦ ਕੱਢ ਦੋ ਤੁਸੀਂ ਉੱਥੇ ਕਹਿ ਦਿਓ ਵੀ ਨਾ ਉਹ ਉੱਧਰ ਜਾਉ ਨਾ ਵਸਤ ਇੱਧਰ ਜਾਉ ਨਾ ਬੰਦਾ ਉੱਧਰ ਜਾਉ ਜਾਨੀ ਇਹ ਜਿਹੜੇ ਪੰਜਾਬ ਤੇ ਫੋਕਸ ਕਰਦੇ ਆ ਨਾ ਜੀ ਇਹ ਹੀ ਸਭ ਤੋਂ ਪੰਜਾਬ ਨੂੰ ਵੱਡ ਨੁਕਸਾਨ ਦੇ ਪਾਬੰਦੀਆਂ ਪੰਜਾਬ ਨੂੰ ਚੱਲਣੀਆਂ ਪੈਂਦੀਆਂ ਨੇ ਸੋ ਜਿਹੜੀ ਤੁਸੀਂ ਗੱਲ ਆ ਇਹ ਮਨਮੋਹਣ ਸਿੰਘ ਵੇਲੇ ਤੋਂ ਤਿਆਰੀਆਂ ਹੋ ਰਹੀਆਂ ਸੀ ਆ ਜਿਹੜੀਆਂ ਸਿਕਸ ਲੇਨ ਬਣ ਰਹੀਆਂ ਨੇ ਰੇਲ ਕਾਰੀਡੋਰ ਬਣ ਰਹੇ ਨੇ ਇਹ ਹੁਣ ਅੰਮ੍ਰਿਤਸਰ ਨੂੰ ਹੱਥ ਲਾ ਕੇ ਤਾਂ ਮੁੜਨਾ ਨਹੀਂ ਹੂੰ ਇਹ ਤਾਂ ਅੱਗੇ ਜਾਂਦਾ ਪੰਜਾਬ ਤਾਂ ਆਪੇ ਕੋਈ ਜੀ ਸਟੇਟ ਆ ਵੀ ਸਾਰਾ ਭਾਰਤ ਨੇ ਪੰਜਾਬ 'ਚ ਲਿਆ ਕੇ ਆਪਦਾ ਮਾਲ ਥੋੜਾ ਸਿੱਟਣਾ ਇਹਨੇ ਗਾਹਾਂ ਖੁੱਲਣੇ ਖੁੱਲਣਾ ਮਾਲਵਿੰਦਰ ਸਿੰਘ ਜੀ ਫਿਰ ਜਦੋਂ ਜੇ ਪੰਜਾਬ ਦਾ ਹੀ ਕਿਉਂਕਿ ਪੰਜਾਬ ਦਾ ਤਾਂ ਫਾਇਦਾ ਹੋਣਾ ਮੁਲਕਾਂ ਦਾ ਫਾਇਦਾ ਹੋਣਾ ਹੈ ਖੈਰ ਪੰਜਾਬ ਤਾਂ ਜਿਹੜਾ ਜੀ ਉਹ ਦੇ ਵਿੱਚ ਛੋਟੀ ਚੀਜ਼ ਰਹਿ ਜਾਣਾ ਪਰ ਕਿਉਂਕਿ ਅਸੀਂ ਪੰਜਾਬੀ ਆ ਪੰਜਾਬ ਦਾ ਜਿਹੜਾ ਸੋਚਣਾ ਇੱਥੇ ਨੌਕਰੀਆਂ ਕਿੰਨੀਆਂ ਜੜੀਆਂ ਉਹ ਹੋ ਸਕਦੀਆਂ ਨੇ ਜਿਹੜੀਆਂ ਇੱਕ ਐਸ ਵੇਲੇ ਵੱਡੀ ਸਮੱਸਿਆ ਬਣੀ ਹੋਈ ਆ ਫਿਰ ਸਿਆਸੀ ਪਾਰਟੀਆਂ ਇਸ ਮਸਲੇ ਦੇ ਉੱਤੇ ਆ ਕੇ ਇਹੋ ਜੀ ਨੀਵੇਂ ਪੱਦਰ ਦੀ ਸਿਆਸਤ ਕਿਉਂ ਕਰ ਰਹੀਆਂ ਸਿਆਸੀ ਪਾਰਟੀਆਂ ਨੇ ਨਾ ਜੀ ਇਹਨਾਂ ਦਾ ਇੱਕ ਜਿਹੜਾ ਸਿਆਸੀ ਦ੍ਰਿਸ਼ਟੀਕੋਣ ਉਹ ਬਹੁਤ ਸੌੜਾ ਸਾਨੂੰ ਹੁਣ ਨਾ ਬਹੁਤ ਪਿੱਛੇ ਤੱਕ ਦੇਖਣਾ ਪਊ ਤੁਸੀਂ ਉਹਨਾਂ ਨੂੰ ਮੰਨੋ ਨਾ ਮੰਨੋ ਤੁਹਾਨੂੰ ਇਹ ਕਹਿਣਾ ਪਊ ਵੀ ਆਹ ਗਲਤੀਆਂ ਹੋਈਆਂ ਨੇ ਇਤਿਹਾਸ 'ਚ ਫਿਰ ਜਦੋਂ ਤੁਸੀਂ ਫਿਰ ਤੁਸੀਂ ਜੇ ਉਹਦੀ ਕੰਟੀਨਿਊਟੀ ਕਰੋਗੇ ਫਿਰ ਉਹਦੀਆਂ ਸਮੱਸਿਆਵਾਂ ਆਉਣਗੀਆਂ ਜਦੋਂ ਤੁਸੀਂ ਕਹਿੰਦੇ ਹੋ ਵੀ 1947 ਦੀ ਵੰਡ ਗੈਰ ਹਕੀਕੀ ਸੀ ਗਲਤ ਸੀ ਤਾਂ ਇਹਦਾ ਮਤਲਬ ਹੁਣ ਤੁਸੀਂ ਏਕਤਾ ਵਾਲੇ ਪਾਸੇ ਤੁਰੋਗੇ ਜੇ ਤੁਸੀਂ ਇਹ ਕਹਿੰਦੇ ਹੋ ਵੀ ਪੰਜਾਬੀਆਂ ਨੂੰ ਉਸ ਵੇਲੇ ਜਿਹੜਾ ਉਹਨਾਂ ਦਾ ਰਾਜ ਖੋਹਿਆ ਸੀ ਅੰਗਰੇਜ਼ਾਂ ਨੇ ਉਹਦੀ ਪ੍ਰਾਪਤੀ ਲਈ ਲੜਨਾ ਚਾਹੀਦਾ ਸੀ ਭਾਰਤ ਵਾਲਿਆਂ ਨਾਲ ਵੀ ਲੜਨਾ ਚਾਹੀਦਾ ਸੀ ਤੁਸੀਂ ਆਪਣੇ ਰਾਜ ਨੂੰ ਛੱਡ ਕੇ ਕਿਸੇ ਹੋਰ ਪਾਸੇ ਤੁਰ ਗਏ ਜਦੋਂ ਆਇਆ ਫਿਰ ਰਾਜ ਕੀ ਦਾ ਕਿਵੇਂ ਹੋਵੇ ਉੱਥੇ ਆ ਕੇ Hindu ਸਿੱਖਾ ਦਾ ਹੋ ਗਿਆ ਮੁਸਲਮਾਨ ਮੁਸਲ ਬਣ ਗਏ Hindu Hindu ਬਣ ਗਏ ਸਿੱਖ ਸਿੱਖ ਬਣ ਗਏ ਤੁਸੀਂ ਕਹੋ ਵੀ ਉਹ ਉਹ ਪੈਂਤਰਾ ਸੀ ਜਿਹੜਾ ਉਹ ਗਲਤ ਸੀ ਉਹਦੇ ਵਿੱਚ ਸਮੁੱਚਾ ਪੰਜਾਬ ਇਕੱਠਾ ਸੀ ਉਹ ਚ ਮੁਸਲਮਾਨ ਵੀ ਸੀ ਹਿੰਦੂ ਵੀ ਸੀ ਉਹ ਸੀ ਉਹ ਭਾਈਚਾਰਕ ਸਾਂਝ ਉੱਪਰ ਮੰਨ ਲਓ ਅੱਜ ਆਪਾਂ ਕਹਿੰਦੇ ਆ ਦੋਹਾਂ ਦੇਸ਼ਾਂ ਦੇ ਵਿੱਚ ਆਪਸੀ ਪ੍ਰੇਮ ਆਹ ਸਾਂਝ ਜੇ ਉਹ ਕਿੰਨਾ ਕੁਸ਼ਾਹੀ ਗਣਾਉਨੇ ਆ ਇਹਦਾ ਲਿੰਕ ਤਾਂ ਉੱਥੇ ਆ ਨਾ ਕਿਉਂਕਿ ਸਾਡਾ ਸਾਂਝਾ ਰਾਜ ਵੀ ਰਿਹਾ ਜਿਹੜਾ ਖੁਸ਼ਹਾਲ ਵੀ ਸੀ ਅਮਨਪਸੰਦ ਵੀ ਸੀ ਤੇ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਧਰਮ ਨਰਕਾ ਨਿਰਪੱਖ ਵੀ ਸੀ ਸ਼ਬਦ ਦੇ ਸਹੀ ਅਰਥਾਂ ਚ ਜਿੱਦੇ ਕਮਾਂਤਰੀ ਮਤਲਬ ਲੋਕ ਸੀ ਜਿਹੜੇ ਉਹ ਰਾਜ ਦੇ ਵਿੱਚ ਕਰਨਲ ਜਨਰਲ ਵੀ ਸੀ ਜਿਹੜੇ ਪਹੁੰਚ ਨੂੰ ਸਿੱਖਿਆ ਦੇ ਰਹੇ ਸੀ ਹੁਣ ਤੁਸੀਂ ਇਹ ਦੇਖੋ ਜਦੋਂ ਇਧਰਲੇ ਪਾਸੇ ਨੂੰ ਗੱਲ ਉਤਰਦੀ ਆ ਫਿਰ ਆ ਫੇਲ ਡੀਲ ਦੀ ਲੋੜ ਨਹੀਂ ਪੈਣੀ ਹਾਂ ਬਿਲਕੁਲ ਇਹਨਾਂ ਦੇ ਉੱਤੇ ਉਹ ਲਾਉਣ ਦੀ ਲੋੜ ਹੀ ਨਹੀਂ ਆ ਰੁਪਏ ਉਹਨਾਂ ਦੇ ਉੱਤੇ ਖਰਚਣ ਦੀ ਲੋੜ ਨਹੀਂ ਫਿਰ ਤੁਹਾਨੂੰ ਉਹਨਾਂ ਦੀ ਲੋੜ ਨਹੀਂ ਫਿਰ ਸਿਰਫ ਇੱਕ ਜਿਵੇਂ ਹੁੰਦਾ ਨਾ ਜੀ ਫਿਰ ਤੁਸੀਂ ਜਿਹੜਾ ਉਹ ਕੋਰੀਡੋਰ ਨੇ ਉਹਦੇ ਉੱਤੇ ਲਾਉਂਗੇ ਕਿ ਸਕੈਨਿੰਗ ਵਾਲੀ ਵੱਡੀ ਮਸ਼ੀਨ ਆ ਗਈ ਹੈ ਹਾਈਵੇ ਆ ਗਈ ਹੈ ਸਿੱਖਿਆ ਤੇ ਲਾਉਂਗੇ ਵਪਾਰ ਨੂੰ ਸੌਖਾ ਬਣਾਉਣ ਤੇ ਲਾਉਂਗੇ ਹੁਣ ਤੁਸੀਂ ਮਾਲਵਿੰਦਰ ਸਿੰਘ ਜੀ ਜਿਹੜੇ ਚਾਹੇ ਉਧਰ ਦੇ ਲੋਕ ਆ ਮੈਂ ਹਮੇਸ਼ਾ ਕਹਿਣਾ ਚਾਹੀਦਾ ਇੱਧਰ ਦੇ ਲੋਕ ਆ ਲੋਕ ਕਦੇ ਵੀ ਦੁਸ਼ਮਣ ਨਹੀਂ ਰਹੇ ਲੋਕਾਂ ਦੇ ਪਿਛਲੇ ਦਿਨਾਂ ਦੇ ਵਿੱਚ ਹੀ ਚੱਲ ਰਿਹਾ ਸੀ ਕਿ ਇਧਰੋਂ ਜਿਹੜਾ ਗਏ ਵਿਅਕਤੀ ਨੇ ਉਹ 70 ਸਾਲ ਬਾਅਦ ਆਪਣੀਆਂ ਭੈਣਾਂ ਨੂੰ ਦੋ ਨੂੰ ਮਿਲਿਆ ਜਿਹੜੀਆਂ ਉਧਰ ਰਹਿ ਗਈਆਂ ਸੀ ਹੁਣ 70 ਸਾਲ ਲੱਗੇ ਮਤਲਬ ਕਿ ਉਹ ਉਮਰ ਦੇ ਤਿੰਨੇ ਜਾਣੇ ਦੋ ਭੈਣਾਂ ਉਹਦੀਆਂ ਤੇ ਉਹ ਆਪ ਉਮਰ ਦੇ ਉਸ ਪੜਾ ਦੇ ਵਿੱਚ ਹੈ ਜਿੱਧਰ ਤੁਸੀਂ ਕਹ ਲਓ ਕਿ ਆਪਾਂ ਲਾਸਟ ਵਾਲ ਨੂੰ ਜਿਹੜਾ ਦੀ ਉਹ ਚੱਲ ਪੰਨੇ ਆ ਲੋਕ ਇਹ ਹੋਣ ਦੇਣਾ ਚਾਹੁੰਦੇ ਨੇ ਕੀ ਸਿਆਸੀ ਪਾਰਟੀਆਂ ਨੂੰ ਲੋਕਾਂ ਦੀ ਨਬਜ ਨਹੀਂ ਸਮਝ ਆ ਰਹੀ? ਨਹੀਂ ਜੀ ਸਮਝ ਆ ਰਹੀ ਆ। ਸਿਆਸੀ ਪਾਰਟੀਆਂ ਲੋਕਾਂ ਦੀ ਇਹ ਨਬਜ ਨੂੰ ਰੋਕਣ ਤੇ ਲੱਗੀਆਂ ਹੋਈਆਂ ਨੇ। ਤੁਸੀਂ ਦੇਖੋ 47 ਦੀ ਵੰਡ ਵੇਲੇ ਲੱਖਾਂ ਲੋਕ ਮਾਰੇ ਗਏ। ਦੇਖੋ ਸਿੱਖਾਂ ਨੇ ਵੀ ਮਾਰੇ ਮੁਸਲਮਾਨ ਨਹੀਂ ਮਾਰੇ। ਪਰ ਅੱਜ ਕੋਈ ਵੀ ਬੰਦਾ ਇਹ ਨਹੀਂ ਕਹਿ ਰਿਹਾ ਵੀ ਉਹ ਸਹੀ ਹੋਇਆ ਸੀ। ਜਿਨ੍ਹਾਂ ਦੇ ਪਰਿਵਾਰ ਵੀ ਵਿਛੜ ਗਏ ਉਹ ਵੀ ਕਹਿੰਦੇ ਨੇ ਮੇਰਾ ਨਨਕਾਣਾ ਸਾਹਿਬ ਲਾਇਲਪੁਰ ਉੱਥੇ ਜਾਣ ਨੂੰ ਜੀ ਕਰਦਾ ਜਿਹੜੇ ਜਿਉਂਦੇ ਨੇ। ਜਿਹੜੇ ਉੱਧਰ ਗਏ ਨੇ ਜਿਉਂਦੇ ਉਹਨਾਂ ਨਾਲ ਇੱਥੇ ਕਿੰਨਾ ਨੁਕਸਾਨ ਹੋ ਗਿਆ। ਉਹ ਜਿਹੜਾ ਹੈਗਾ ਉਹਨੂੰ ਉਹ ਬੀਤੇ ਦੀ ਕੌੜੀ ਯਾਦ ਕਹਿ ਕੇ ਪਹਲਾਉਣਾ ਚਾਹੁੰਦੇ ਨੇ ਜਸਟੀਫਾਈ ਨਹੀਂ ਉਹਨਾਂ ਨੂੰ ਅੱਜ ਤੱਕ ਕਿ ਕਰਦਾ ਹਮਮਤਲਬ ਤੁਸੀਂ ਦਿੱਲੀ ਸਿੱਖਾਂ ਦੇ ਕਤਲੇਆਮ ਨੂੰ ਦੰਗੇ ਕਹਿ ਕੇ ਜਸਟੀਫਾਈ ਕਰਦੇ ਹੋ ਪਰ ਜਿਹੜੀ 47 ਦੀ ਖੁੰਨੀ ਵੰਡ ਹੋਈ ਆ ਇੱਕ ਵੀ ਬੰਦਾ ਉਹਨੂੰ ਜਸਟੀਫਾਈ ਨਹੀਂ ਕਰਦਾ ਪਾਗਲ ਹੋ ਗਏ ਸੀ ਲੋਕ ਇੱਕ ਵਾਰ ਸਿਆਸਤ ਨੇ ਕਰਤੇ ਕੀ ਹੋ ਗਿਆ ਪਰ ਉਸ ਤੋਂ ਬਾਅਦ ਜਲੋ ਮਾੜਾ ਦਾ ਝਟਕਾ ਲੱਗਿਆ ਉਹਦੀ ਸਾਂਝ ਦੀਆਂ ਤੰਦਾਂ ਉੱਬਰਣ ਲੱਗੀਆਂ ਸਵਾਗਤ ਹੈ ਜੀ ਇੱਕ ਵਾਰ ਫੇਰ ਫਾਇਰ ਲਾਈਨ ਦੇ ਵਿੱਚ ਔਰ ਮਾਲਵਿੰਦਰ ਸਿੰਘ ਮਾਲੀ ਜੀ ਜਿਹੜੇ ਕਿ ਟਿੱਪਣੀ ਕਰਨੇ ਉਹ ਸਾਡੇ ਨਾਲ ਪੰਜਾਬ ਦੇ ਵਿੱਚ ਜੋ ਸਿਚੁਏਸ਼ਨ ਜਿਹੜੀ ਉਹ ਬਣੀ ਹੈ ਪਿਛਲੇ ਦਿਨਾਂ ਤੋਂ ਇਹਦਾ ਮੁਲਕ ਲੈਵਲ ਦੇ ਉੱਤੇ ਕੀ ਅਸਰ ਜੜਾ ਪੈਣਾ ਕਰਤਾਰਪੁਰ ਦੇ ਲਾਂਘੇ ਦੀ ਗੱਲ ਜਿਹੜੀ ਦੀ ਬਾਰ-ਬਾਰ ਹੋ ਰਹੀ ਹੈ ਇਹਦੇ ਉੱਤੇ ਜੋ ਕੁਝ ਸਿਆਸੀ ਪ੍ਰਤੀਕਰਮ ਆ ਰਹੇ ਆ ਉਹਦੇ ਉੱਤੇ ਜੜੀ ਦੀ ਉਹ ਗੱਲਬਾਤ ਔਰ ਐਸ ਟਾਈਮ ਜੋ ਸਿਆਸੀ ਮਾਹੌਲ ਬਣਿਆ ਖਾਸ ਤੌਰ ਦੇ ਤੇ ਜੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਪਿਛਲੀਆਂ ਉਦੋਂ ਬਾਅਦ ਜਿਹੜੇ ਉਹਦਾ ਅੱਜ ਵੀ ਇੰਪੈਕਟ ਬਹੁਤ ਵੱਡਾ ਜੜਾ ਦੀ ਉਹ ਦੇਖਿਆ ਜਾ ਸਕਦਾ ਹੈ ਮਾਲਵਿੰਦਰ ਸਿੰਘ ਦੀ ਅਕਾਲੀ ਦਲ ਜਿਹੜਾ ਸੀ ਉਹ ਹਾਸ਼ੀਏ ਤੇ ਚਲੇ ਗਿਆ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਰ ਖਾਸ ਤੌਰ ਤੇ ਜਸਟਿਸ ਅਰਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਵਿਧਾਨ ਸਭਾ ਜਿਹੜੀ ਲੋਕਾਂ ਨੇ ਘਰ ਘਰ ਜਿਹੜੀ ਉਹ ਕਾਰਵਾਈ ਸੀ ਉਹ ਦੇਖ ਲਈ ਉਸ ਤੋਂ ਬਾਅਦ ਉਹਦਾ ਉੱਠ ਸਕਣਾ ਔਖਾ ਜਿਹੜਾ ਲੱਗ ਰਿਹਾ ਅਕਾਲੀ ਦਲ ਤਾਂ ਹੋ ਸਕਦਾ ਉੱਠ ਖੜੇ ਬਾਦਲ ਪਰਿਵਾਰ ਦਾ ਜਿਹੜਾ ਜੀ ਓਟ ਸਖਣਾ ਜਿਹੜਾ ਦੀ ਉਹ ਸਿਆਸੀ ਰੂਪ ਦੇ ਵਿੱਚ ਪਤਾ ਨਹੀਂ ਕਿੰਨਾ ਜਿਹੜਾ ਜੀ ਉਹ ਸਮਾਂ ਲੱਗੂਗਾ ਉਹਨੂੰ ਇਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਸੀ ਜਿਸ ਤੋਂ ਉਹ ਇਹ ਐਕਸਪੈਕਟ ਕਰ ਰਹੀ ਸੀ ਕਿ ਉਹ 100 ਸੀਟਾਂ ਜੜੀਆਂ ਜੀ ਉਹ ਲੈ ਜਾਣੀਆਂ ਜਾਂ ਉਹ ਸਰਕਾਰ ਬਣਾ ਲੈਣੀ ਆ ਉਹ ਮਹਿਜ਼ ਸਿਮਟ ਕੇ ਰਹਿ ਗਈ ਵਿਰੋਧੀ ਧਿਰ ਤੱਕ ਔਰ ਹੁਣ ਤਾਂ ਜਿਹੋ ਜਿਹੇ ਹਾਲਾਤ ਬਣੇ ਆ ਸ਼ਾਇਦ ਵਿਰੋਧੀ ਧਿਰ ਵੀ ਜਿਹੜੀ ਉਹ ਨਾ ਰਹੇ ਕੀ ਜਿਹੜਾ ਇਹ ਪੋਲੀਟੀਕਲ ਸਿਨੈਰੀਓ ਪੰਜਾਬ ਦੀ ਸਿਆਸਤ ਦਾ ਹੈ ਇਸ ਵੇਲੇ ਤੁਸੀਂ ਇਹਨੂੰ ਕਿਵੇਂ ਜਿਹੜਾ ਜੀ ਉਹ ਦੇਖਦੇ ਹੋ ਕਿ ਇਹਦੇ ਵਿੱਚੋਂ ਕੋਈ ਹੋਰ ਧਿਰ ਜਿਹੜੀ ਜੀ ਉਹ ਨਿਕਲੂਗੀ ਜਾਂ ਉਹੀ ਰਵਾਇਤੀ ਪਾਰਟੀਆਂ ਫਿਰ ਰਹਿ ਜਾਣਗੀਆਂ ਜੀ ਦੇਖੋ ਅਸਲ ਤੇ ਪੰਜਾਬ ਆ ਨਾ ਜਿਹੜੀ ਦਾ ਆਪਣੀ ਵਿਲੱਖਣਤਾ ਜੇ ਇਹ ਨੂੰ ਪਿਛਲੇ ਸਮੇਂ ਜਦੋਂ ਤੋਂ ਪੰਜਾਬ ਵਿਕਾਸ ਦੀ ਇੱਕ ਸਟੇ ਤੇ ਆ ਕੇ ਇਹਨੂੰ ਬ੍ਰੇਕਾਂ ਲੱਗੀਆਂ ਨਾ ਜੀ ਫਿਰ ਇਹ ਨਵੇਂ ਰਾਹ ਤਲਾਸ਼ਣ ਲੱਗਿਆ ਚਾਹੇ ਆਨੰਦਪੁਰ ਦੇ ਮੱਤੇ ਦੇ ਰੂਪ ਦੇ ਵਿੱਚ ਗੱਲ ਆਈ ਜੀ ਖਾੜਕੂ ਸੰਘਰਸ਼ ਦੇ ਰੂਪ ਦੇ ਵਿੱਚ ਸਾਹਮਣੇ ਗੱਲ ਆਈ ਜਾਂ ਅੱਡਾ ਢ ਰੂਪਾਂ ਦੇ ਵਿੱਚ ਇਹਨੂੰ ਲੱਗਿਆ ਵੀ ਜੋ ਪ੍ਰੈਜੈਂਟ ਜਿਵੇਂ ਚੱਲ ਰਿਹਾ ਇਹਦੇ ਵਿੱਚ ਸਾਡਾ ਸਾਹ ਘੁੱਟਦਾ ਇਹਨੂੰ ਖੋਲਿਆ ਜਾਵੇ ਨਵੀਆਂ ਗੱਲਾਂ ਲੈਣ ਦੀਆਂ ਜਾਣ ਇਸ ਪ੍ਰੋਸੈਸ ਦੇ ਵਿੱਚੋਂ ਪੰਜਾਬ ਗੁਜ਼ਰ ਰਿਹਾ ਜਿੱਤ ਵੀ ਰਿਹਾ ਹਾਰ ਵੀ ਰਿਹਾ ਵਿਧਾਨ ਸਭਾ ਚੋਣਾਂ ਵੇਲੇ ਜਾਂ ਈਵਨ ਉਦੋਂ ਲੋਕ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਜਿਹੜੇ ਸੰਕਲਪ ਲੈ ਕੇ ਆਈ ਸਿਆਸਤ ਦੇ ਸਿਧਾਂਤ ਲੈ ਕੇ ਆਈ ਤਬਦੀਲੀ ਦੀ ਗੱਲ ਲੈ ਕੇ ਆਈ ਲੋਕਾਂ ਨੂੰ ਤਾਕਤ ਦੇਣ ਦੀ ਗੱਲ ਲੈ ਕੇ ਆਈ ਮਤਲਬ ਕ੍ਰਪਸ਼ਨ ਦੇ ਖਿਲਾਫ ਲੈ ਕੇ ਆਈ ਫੰਡਾਂ ਚ ਪਾਰਦਰਸ਼ਤਾ ਦੀ ਗੱਲ ਲੈ ਕੇ ਆਈ ਹਾਈ ਕਮਾਂਡ ਕਲਚਰ ਦੇ ਖਿਲਾਫ ਜਿੰਨਾ ਜ਼ੋਰ ਨਾਲ ਬੋਲ ਕੇ ਆਈ ਵੀ ਕਿਵੇਂ ਇਹ sthiri ਬਣਾ ਲੈਂਦੇ ਨੇ ਲੀਡਰਾਂ ਨੂੰ ਉਹ ਗੱਲਾਂ ਪੰਜਾਬੀਆਂ ਨੂੰ ਹੀ ਲੱਗਿਆ ਵੀ ਇਹਦੇ ਨਾਲ ਸਾਨੂੰ ਸੌਖਾ ਸਾਹ ਹੋ। ਹੂੰ। ਬਿਨਾ ਪਾਰਟੀ ਦਾ ਢਾਂਚਾ ਹੋਏ ਉਹਨਾਂ ਨੇ ਬਹੁਤ ਵੱਡਾ ਹੰਗਾਰਾ ਦਿੱਤਾ। 4 ਸੀਟਾਂ ਵੀ ਦਿੱਤੀਆਂ, ਬਾਕੀ ਵੋਟਾਂ ਵੀ ਬਹੁਤ ਦਿੱਤੀਆਂ ਬਾਕੀ ਤਾਂ ਆਮ। ਪਰ ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਹੋਂ ਤੱਕ ਹੂੰ। ਮਤਲਬ ਲੋਕਾਂ ਨੂੰ ਇਹ ਲੱਗਣ ਲੱਗਿਆ ਵੀ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਲੀਹੋਂ ਲਹਿ ਰਹੀ ਆ। ਹੂੰ। ਇਹ ਤਾਂ ਜਾ ਕੇ ਉਹੀ ਬਾਦਲਾਂ ਤੇ ਕੈਪਟਨਾਂ ਦੇ ਪਾਲੇ 'ਚ ਜਾ ਕੇ ਖੇਡਣ ਲੱਗੀ। ਜਿਹੜਾ ਅੱਡ ਗਰਾਊਂਡ ਸੀ, ਵੱਖਰਾ ਗਰਾਊਂਡ ਸੀ, ਵੱਖਰੀਆਂ ਗੱਲਾਂ ਸੀ, ਉਹ ਕਿਤੇ ਦਿਸੀਆਂ ਨਹੀਂ। ਹੂੰ। ਖਾਸ ਕਰਕੇ ਪੰਜਾਬ ਦੀ ਲੀਡਰਸ਼ਿਪ ਆ ਜਿਹੜੀ ਉਹਨੂੰ ਜਿੰਨਾ ਬੁਰੀ ਤਰ੍ਹਾਂ ਰਗੜਿਆ ਗਿਆ ਮਸਲਿਆ ਗਿਆ ਤੇ ਜਿਵੇਂ ਦਿੱਲੀ ਤੋਂ ਲਿਆ ਕੇ 53 ਬੰਦਿਆਂ ਦੇ ਸਾਰਾ ਹੱਥ 'ਚ ਕੰਟਰੋਲ ਦਿੱਤਾ ਗਿਆ ਜਿਵੇਂ ਟਿਕਟਾਂ ਦੀ ਵੰਡ ਕੀਤੀ ਗਈ ਦੇਖੋ ਪੰਜਾਬੀ ਆ ਜਿਹੜਾ ਉਹ ਨਵੀਂ ਚੀਜ਼ ਚਾਹੁੰਦਾ ਜੇ ਤੁਸੀਂ ਪੁਰਾਣੀ ਉਹ ਚੀਜ਼ ਨਵੇਂ ਦੇ ਨਾਂ ਤੇ ਦੋ ਉਹਨਾਂ ਨੂੰ ਪਤਾ ਵੀ ਇਹ ਨਵੀਂ ਨਹੀਂ ਹੈ ਇਹ ਇੱਕ ਸਿੰਬੋਲਿਕ ਰੂਪ ਦੇ ਵਿੱਚ ਜਿਹੜੀ ਦਿੱਲੀ ਆ ਉਹਨੂੰ ਜਿਹੜਾ ਪੰਜਾਬੀ ਆ ਉਹ ਇਹ ਦੇਖਦਾ ਕਿ ਮੈਂ ਇਹਦੇ ਰਹਿਨਮਾਈ ਦੇ ਥੱਲੇ ਨਹੀਂ ਕੰਮ ਕਰਦਾ। ਮਤਲਬ ਇਹਨੂੰ ਸੰਭਾਵਕ ਤੁਸੀਂ ਕਹ ਲਓ ਜਾਂ ਅਸਲ 'ਚ ਜਿਹੜਾ ਉਹਨੂੰ ਕਬਜ਼ੇ 'ਚ ਕਰਕੇ ਰੱਖਦਾ। ਹਾਂ ਕਿਉਂਕਿ ਸਟੇਟ ਆ ਜਿਹੜੀ ਉਹ ਦਿੱਲੀ ਆ ਮੇਨ ਕੇਂਦਰ। ਹਾਂ ਇਸ ਕਰਕੇ ਸਟੇਟ ਨਾਲ ਟਕਰਾਉਂਦਾ। ਹਾਈ ਕਮਾਂਡ ਨੇ ਜਿਹੜੀ ਉਹ ਦਿੱਲੀ ਨੇ ਇਸ ਕਰਕੇ ਰਿਜਨ ਪਾਰਟੀ ਫੋਰਸ ਦਾ ਉਹਨਾਂ ਦੇ ਨਾਲ ਇਹ ਹਾਈ ਕਮਾਂਡ ਨੇ ਬਾਈ ਜੀ ਇਹ ਬੜੀਆਂ ਮਤਲਬ ਜਿਹਨੂੰ ਆਪਾਂ ਕਹਿੰਦੇ ਬੱਚੇ ਖਾਣੀਆਂ ਡੈਣਾ ਨੇ। ਹਾਂ ਮਤਰੀਆਂ मामा ਨੇ ਇਹ ਨਹੀਂ ਛੱਡਦੀਆਂ। ਹਾਂ ਤੁਸੀਂ ਕਾਂਗਰਸ ਦਾ ਹਾਲ ਦੇਖ ਲਓ ਜਗਨਨਾਥ ਵਰਗੇ ਕਿਵੇਂ ਰਗੜ ਕੇ ਰੱਖਤੇ ਇਹ ਤਾਂ ਅਮਰਿੰਦਰ ਸਿੰਘ ਸੀ ਜਿਨੇ ਉਹਨਾਂ ਵੇਲੇਾਂ ਚ ਹਟਮਾ ਪੈਂਤੜਾ ਲਿਆ ਰਜਿਸਟਰ ਕੀਤਾ ਹਾਈ ਕਮਾਂਡ ਦੇ ਨਾਲ ਜਿਹਦੇ ਕਰਕੇ ਲੋਕਾਂ ਨੇ ਕਾਂਗਰਸ ਨਾਲੋਂ ਵੱਧ ਇਹਨੂੰ ਤਰਜੀਹ ਦਿੱਤੀ ਚਲੋ ਪਾਣੀ ਵਾਲੇ ਮਸਲੇ ਤੇ ਜੋ ਵੀ ਕੀਤਾ ਨਵਾਂ ਨਹੀਂ ਕੀਤਾ ਪਰ ਇੱਕ ਗੱਲ ਉਹ ਭਾਰਤੀ ਵੀ ਪਾਣੀ ਸਾਡਾ ਅਸੀਂ ਚਲੋ ਬੰਦ ਨਹੀਂ ਕਰਦੇ ਹੈ ਜੀ ਬਾਜਪਈ ਦੀ ਉੱਥੇ ਧਰਨਾ ਲਾਇਆ ਜਾਂ ਹਾਈ ਕਮਾਂਡ ਨੂੰ ਵੀ ਰਜਿਸਟਰ ਕੀਤਾ ਇਹਨੇ ਲੋਕਾਂ ਨੂੰ ਚੰਗਾ ਲੱਗਿਆ ਲੋਕਾਂ ਨੇ ਅਮਰਿੰਦਰ ਜਿਤਾਤਾ ਹਾਈ ਕਮਾਂਡ ਸੀ ਜਿਹੜੀ ਦਿੱਲੀ ਦੀ ਉਹਨਾਂ ਨੇ ਦੇਖਿਆ ਵੀ ਇਹ ਤਾਂ ਪਹਿਲੀਆਂ ਮਤਰੀਆਂ ਨਾਲੋਂ ਵੀ ਭੈੜੀ ਐ ਉਹਨਾਂ ਤਾਂ ਬੇਮੁਖ ਹੋ ਗਏ ਸੋ ਪੰਜਾਬ ਆ ਜਿਹੜਾ ਅੱਜ ਵੀ ਤਬਦੀਲੀ ਲਈ ਜੂਝ ਰਿਹਾ ਤੁਹਾਨੂੰ ਕੀ ਲੱਗਦਾ ਤਬਦੀਲੀ ਜਿਹੜੀ ਆ ਉਹ ਕਿਸੇ ਨਵੇਂ ਰੂਪ ਚ ਆ ਸਕਦੀ ਐ ਦੇਖੋ ਜੀ ਤਬਦੀਲੀ ਆ ਸਕਦੀ ਐ ਮੰਨ ਲਓ ਇਹ ਤਾਂ ਹੁਣ ਇਹੇ ਆ ਨਾ ਵੀ ਕੇਜਰੀਵਾਲ ਨੇ ਨਾਟੇ ਇੰਨੇ ਕਸਤੇ ਪਹਿਲਾਂ ਵੀ ਉਹਨੇ ਤਬਦੀਲੀ ਵਾਲੀ ਗੱਲ ਲਈ ਤੁਲਾਤੀ ਹੁਣ ਤਬਦੀਲੀ ਦੀ ਗੁਨੈਸ ਸੀ ਉਹ ਹਾਈ ਕਮਾਂਡ ਹੋ ਰਹੇ ਦੀ ਪੰਜਾਬ ਦੇ ਇਕੱਠੇ ਰਹਿੰਦੇ ਉਹਨਾਂ ਨੂੰ ਕਹਿੰਦੇ ਤੁਸੀਂ ਆਪਦੇ ਫੈਸਲੇ ਆਪ ਕਰ ਲਓ ਤੇ ਜੇ ਪੰਜਾਬ ਪਾਰਟੀ ਨੂੰ ਇਹ ਖੁੱਲ ਮਿਲ ਜਾਂਦੀ ਹਾਂ ਉਹਨਾਂ ਦਾ ਅੰਗ ਰਹਿੰਦੇ ਹੋਏ ਵੀ ਤੇ ਧੁਰਾ ਬਣ ਜਾਣੀ ਸੀ ਸਾਰਿਆਂ ਦੇ ਆਲੇ-ਦਾਲੇ ਇਕੱਠੇ ਹੋਣ ਦਾ ਕਿਸੇ ਨੂੰ ਫਿਰ ਕੋਈ ਇਤਰਾਜ਼ ਨਹੀਂ ਹੋਣਾ ਸੀ ਠੀਕ ਆ ਪਿੱਛੇ ਗਲਤੀਆਂ ਹੋਈਆਂ ਹੁਣ ਵੀ ਇਹ ਕਹਿੰਦੇ ਨੇ ਨਾ ਜੀ ਦਿੱਲੀ ਵਾਲੇ ਤਾਂ ਸਾਰ ਲੈਂਦੇ ਨੇ ਵੀ ਸਾਨੂੰ ਤਾਂ ਪਤਾ ਨਹੀਂ ਲੱਗਿਆ ਜੀ ਕੀ ਹੋ ਗਏ ਮੁਠਕਿਓ ਮਾਰ ਲੈਂਦੇ ਨੇ ਹਾਂ ਹਾਂ ਮਤਲਬ 2-3 ਸਾਲ ਬਾਅਦ ਮਨੀਸ਼ ਆਉਂਦਾ ਵੀ ਤੁਸੀਂ ਹਾਰ ਕਿਉਂ ਗਏ ਕਹਿੰਦਾ ਸੱਚੀ ਗੱਲ ਪਤਾ ਨਹੀਂ ਜੇ ਤੁਹਾਨੂੰ ਇਹ ਨਹੀਂ ਪਤਾ ਵੀ ਅਸੀਂ ਹਾਰ ਕਿਉਂ ਗਏ ਤੇ ਗਾਹਾਂ ਜਿੱਤ ਤਾਂ ਮਤਲਬ ਤੁਸੀਂ ਆਸ ਛੱਡਤੀ ਨਾ ਜੀ ਫਿਰ ਸੁਧਾਰਾਂਗੇ ਕੀ ਸੋ ਇਸ ਰੂਪ 'ਚ ਆਸਮਾਜਦੀ ਸੀ ਦੂਜੀ ਮੰਨ ਲਓ ਖੇਰੇ ਨੇ ਇੱਕ ਆਵਾਜ਼ ਉਠਾਈ ਆ ਪਰ ਚਲਤ ਸਿਆਸਤ ਦੇ ਵਿੱਚ ਆ ਉਹਨੇ ਅਧਿਕਾਰਾਂ ਦੀ ਗੱਲ ਉਠਾਈ ਆ ਖੁਦਮੁਖਤਿਆਰੀ ਦੀ ਗੱਲ ਉਠਾਈ ਆ ਤੇ ਉਹ ਇਹੋ ਜਿਹੀ ਹਿੰਟ ਦਿੰਦਾ ਵੀ ਇਹ ਜਿਹੜੀ ਪਾਰਟੀ ਦੇ ਜੁਨਟ ਦੀ ਖੁਦਮੁਖਤਿਆਰੀ ਆ ਇਹ ਪੰਜਾਬ ਦੀ ਖੁਦਮੁਖਤਿਆਰੀ ਵੀ ਆ ਇਹਨੇ ਦੇਸ਼ ਦੇ ਸੂਬਿਆਂ ਦੀ ਖੁਦਮੁਖਤਿਆਰੀ ਨਾਲ ਵੀ ਜੁੜਨਾ ਇਸ ਰੂਪ ਤੇ ਵਿੱਚ ਜਿਹੜੀ ਉਹ ਖੁਦਮੁਖਤਿਆਰੀ ਵਾਲੀ ਗੱਲ ਆ ਉਹ ਪੰਜਾਬ ਕਾਂਗਰਸ 'ਚ ਤੁਸੀਂ ਦੇਖਦੇ ਹੋ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਹਾਈ ਕਮਾਂਡ ਦੀ ਗੱਲ ਕਰਤੀ ਤੇ ਜਿਹੜੇ ਇੱਥੋਂ ਦੇ ਮੰਤਰੀ ਨੇ ਉਹ ਸਾਰੇ ਨਵਜੋਤ ਸਿੰਘ ਸਿੱਧੂ ਦੇ ਦਿਵਾਲੇ ਹੋ ਗਏ ਵੀ ਨਹੀਂ ਨਹੀਂ ਇੱਥੇ ਨਹੀਂ ਦੇਖੋ ਇਹ ਜਿਹੜਾ ਮੈਂ ਤੁਹਾਨੂੰ ਕਿਹਾ ਨਾ ਵੀ ਇਹ ਹਾਈ ਕਮਾਂਡਾਂ ਨੇ ਇਹ ਜਿਹੜੀਆਂ ਮੰਤਰੀਆਂ ਨੇ ਅਮਰਿੰਦਰ ਸਿੰਘ ਨੇ ਰਜਿਸਟਰ ਕੀਤਾ ਨਾ ਜੀ ਤੁਹਾਡੇ ਸਾਹਮਣੇ ਰਾਹੁਲ ਖਲਾਫ ਵੀ ਬੋਲਿਆ ਤੇ ਪੂਰੇ ਅਧਿਕਾਰ ਲੈ ਕੇ ਲੜਿਆ ਫਿਰ ਉਹਨਾਂ ਨੂੰ ਪਤਾ ਹੁਣ ਕੀ ਆ ਅਮਰਿੰਦਰ ਸਿੰਘ ਲੀਹੋ ਲੈ ਗਿਆ ਅਸਲ ਚ ਲੀਹੋ ਲੱਥਾ ਗੋ ਜੀ ਨੂੰ ਮੈਂ ਕਹਿੰਨਾ ਨਾ ਜੀ ਪੰਜਾਬ ਵੀ ਵਿਸਾਰ ਗਿਆ ਸਿੱਖੀ ਨੂੰ ਵੀ ਵਿਸਾਰ ਗਿਆ ਇਹ ਤਾਂ ਮੋਦੀ ਵਾਲਾ ਛੁਣਛਣਾ ਫੜ ਕੇ ਵਰਤੌਣ ਲੱਗ ਗਿਆ ਨਹੀਂ ਸਾਰੇ ਕਿਸੇ ਨੂੰ ਹੁਣ ਨਵਜੋਤ ਸਿੰਘ ਸਿੱਧੂ ਆ। ਇਸ ਮਸਲੇ ਤੇ ਉਹ ਲੋਕਾਂ ਦੀ ਅੱਖਾਂ ਦਾ ਤਾਰਾ ਕੋਈ ਮੰਨੇ ਨਾ ਮੰਨੇ। ਇਸ ਮਸਲੇ ਤੇ। ਇਹ ਠੀਕ ਹੈ। ਦੂਜਾ ਉਹ ਆਪਣੇ ਵਿਭਾਗ ਚ ਤਬਦੀਲੀ ਕਰਨੀ ਚਾਹੁੰਦਾ। ਲੋਕਾਂ ਨੂੰ ਇਹ ਮਿਲ ਰਿਹਾ ਪਤਾ ਲੱਗ ਰਿਹਾ। ਤੀਜਾ ਉਹ ਪੰਜਾਬ ਦੇ ਵਿੱਚ ਅੱਡ ਸੋਚ ਰੱਖਦਾ ਵੀ ਰੇਤ ਮਾਫੀਆ ਕਿਵੇਂ ਕੰਟਰੋਲ ਹੋਵੇ, ਅਕਸਤਾਇਜ਼ ਮਾਫੀਆ ਕਿਵੇਂ ਕੰਟਰੋਲ ਹੋਵੇ। ਉਹਨੇ ਕੰਮ ਕਰਕੇ ਦੱਸਿਆ ਵੀ ਹੋ ਸਕਦਾ ਨਹੀਂ ਲੱਗਉ। ਜਿਹਨੂੰ ਚੱਲਣ ਨਹੀਂ ਦਿੱਤਾ ਜਾ ਰਿਹਾ। ਪਰ ਉਹਨੂੰ ਥਾਪੜਾ ਮਿਲ ਗਿਆ ਹਾਈ ਕਮਾਂਡ ਦਾ। ਦੇਖੋ ਅਮਰਿੰਦਰ ਸਿੰਘ ਨੇ ਬਹੁਤ ਚੁੰਡੀਆਂ ਵੱਡੀਆਂ ਉਹਦੇ ਹੁਣ ਤੱਕ ਪਹਿਲੀ ਚੁੰਨੀ ਵੱਡੀ ਹੈ ਨਾ ਉਹਨੇ ਥੋੜੀ ਜੀ ਕਿਹੜਾ ਕੈਪਟਨ ਹਾਂ ਤੇ ਨਾਲੇ ਅੱਗੇ ਕਹਿ ਵੀ ਦਿੱਤਾ ਠੀਕ ਆ ਮੇਰਾ ਬਜ਼ੁਰਗਾ ਵਰਗਾ ਤੇ ਮੁੱਖ ਮੰਤਰੀ ਆ ਮੇਰਾ ਹੁਣ ਇਹ ਉਹਦੇ ਅੱਧੇ ਬਿਆਨ ਨੂੰ ਲੈ ਕੇ ਥੋੜੀ ਜਿਹੀ ਚੂਚਰਾ ਹੋਣ ਲੱਗੀ ਆ ਪੰਜਾਬ ਚ ਪਰ ਮੈਨੂੰ ਲੱਗਦਾ ਨਹੀਂ ਹੋ अच्छा हाई कमांड ਚੁੱਪ ਕਰਾਈ। ਹਾਈ ਕਮਾਂਡ ਬੋਲਣਾ ਨਹੀਂ ਨੀ ਕਿਸੇ ਨੇ ਜਦੋਂ ਹਾਈ ਕਮਾਂਡ ਕੀ ਕਹਿੰਦੀ ਆ ਬੰਦੇ ਨੂੰ ਪਲੇਨ ਮਿਲਦਾ ਕੀ ਇਹ ਹਾਈ ਕਮਾਂਡ ਦੀ ਇਹ ਵੀ ਹੋ ਸਕਦਾ ਕਿਉਂਕਿ ਕਾਂਗਰਸ ਦੀ ਇੱਕ ਜਿਹੜਾ ਦੀ ਉਹਦਾ ਕਲਚਰ ਰਿਹਾ ਕਿ ਉਹ ਬਰਾਬਰ ਦੀ ਇੱਕ ਧਿਰ ਜਿਹੜੀ ਆ ਜੀ ਉਹ ਕਾਇਮ ਰੱਖਦੀ ਆ ਇਹ ਉਹਦਾ ਉਹਦਾ ਹਿੱਸਾ ਵੀ ਹੋ ਸਕਦਾ ਪਰ ਇਹਦੇ ਨਾਲ ਦੇਖੋ ਸਿੱਧੂ ਵਾਲੀ ਸੋਚ ਆ ਜਿਹੜੀ ਕੀ ਇਹ ਹਾਈ ਕਮਾਂਡ ਅਲਟੀਮੇਟ ਇਹਨੂੰ ਪ੍ਰਮਾਨ ਕਰੂਗੀ ਕਿਉਂਕਿ ਇਹ ਮੇਰਾ ਸਵਾਲ ਸੀ ਤੁਹਾਨੂੰ ਅਗਲਾ ਜੀ ਇਹ ਇਹ ਇੱਕ ਕੁਐਸਚਨ ਸਾਡੇ ਸਾਹਮਣੇ ਖੜਾ ਸਿੱਧੂ ਦੀ ਸੋਚ ਜੇ ਕਾਂਗਰਸ ਹਾਈ ਕਮਾਂਡ ਪ੍ਰਬੰਾਨ ਕਰੂ ਤਾਂ ਉਹਨੂੰ ਬਹੁਤ ਕੁਝ ਬਦਲਣਾ ਪੈਣਾ ਹਾਂ ਉਹਨੂੰ ਜਿਹੜੀ ਉਹਦੀ ਆਲ ਇੰਡੀਆ ਫਰੇਮਵਰਕ ਦਾ ਸੈਂਟਰਲਾਈਜ਼ਡ ਜਿਹੜਾ ਉਹੀ ਆ ਮਤਲਬ ਉਹ ਥੋੜੀ ਜਿਹੀ ਨਰਮੀ ਨਾਲ ਚੱਲਦੀ ਹੈ ਮੋਦੀ ਮਾਰਨ ਖੁੰਡਾ ਲਾਈਨ ਤਾਂ ਇੱਕੋ ਆ ਨਾ ਜੀ ਪਰ ਪਰ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਅ ਮੋਦੀ ਦੇ ਅਗੇਂਸਟ ਵੀ ਤਾਂ ਉਹ ਵਰਤ ਰਹੀ ਹੈ ਜੀ ਐਜ਼ ਉਹਨੂੰ ਜਿਹੜਾ ਦੀ ਬਣਾ ਕੇ ਜਿਹੜਾ ਸਟਾਰ ਪ੍ਰਚਾਰਕ ਔਰ ਉਹ ਜਵਾਬ ਵੀ ਦੇ ਰਿਹਾ ਦੇਖੋ ਜੀ ਮੋਦੀ ਦੇ ਖਿਲਾਫ ਉਹਨਾਂ ਨੇ ਵਰਤਣਾ ਇਸੇ ਕਰਕੇ ਨਾ ਵੀ ਉਹ ਹਾਈ ਕਮਾਂਡਿੰਗ ਅੱਖਾਂ ਤਾਰਾ ਬਣ ਗਿਆ ਦੂਜਾ ਪੰਜਾਬ ਤੇ ਪੰਜਾਬੀਆਂ ਨੇ ਇਸ ਕਰਕੇ ਬਣ ਗਿਆ ਮੈਨੂੰ ਇੱਕ ਮਸਲੇ ਤੇ ਸਹੀ ਸਟੈਂਡ ਲੈ ਲਿਆ ਪੰਜਾਬੀ ਬਹੁਤ ਛੇਤੀ ਕਈ ਵਾਰ ਇਹਨਾਂ ਜਿਹੜੇ ਉਹ ਫੈਸਲੇ ਲੈ ਲੈਂਦੇ ਭਾਵਕ ਨੇ ਭਾਵਕ ਹੋ ਕੇ ਇਹ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦੇਖਣ ਲੱਗੇ ਨਹੀਂ ਮੈਂ ਤੁਹਾਨੂੰ ਇਹੀ ਕਹਿੰਦਾ ਨਾ ਜੀ ਨਵਜੋਤ ਸਿੰਘ ਸਿੱਧੂ ਦੀ ਇਸ ਮਸਲੇ ਤੇ ਪੰਜਾਬ ਤੇ ਸਿੱਖ ਪੱਖੀ ਸੋਚ ਆਪਾਂ ਕਹਿੰਦੇ ਆ ਪਰ ਪੋਲੀਟੀਕਲ ਸੋਚ ਤਾਂ ਕਾਂਗਰਸ ਵਾਲੇ ਔਰਬਿਟ ਦੇ ਵਿੱਚ ਹੀ ਆ ਨਾ ਜੀ ਉਹ ਹਾਂ ਉਹਨੂੰ ਤਾਂ ਉਹ ਵਾਇਲੇਟ ਅਸੀਂ ਇਸ ਕਰਕੇ ਹੁਣ ਜਿਵੇਂ ਆਮ ਆਦਮੀ ਪਾਰਟੀ ਸੀ ਜਦੋਂ ਸਿਆਸਤ ਦੀ ਗੱਲ ਸਿਆਸਤ ਬਾਅਦ ਚ ਕਰਾਂਗੇ ਜੀ ਕਿਹਨਾਂ ਸਰਕਾਰ ਬਣਾਓ ਹਾਂ ਆ ਮਤਲਬ ਸਾਡਾ ਸੋਚਣ ਦਾ ਤਰੀਕਾ ਐਡਾ ਗਲਤ ਆ ਹਾਂ ਸਾਨੂੰ ਇਹ ਨਹੀਂ ਪਤਾ ਵੀ ਸਰਕਾਰ ਵੀ ਸਿਆਸਤ ਨਾਲੇ ਬਣੂ ਨੀ ਸਾਡੇ ਕੋਲ ਹੈ ਨਹੀਂ ਜਿਹੀ ਜਿਹੀ ਸਿਆਸਤ ਨਾਲ ਤੁਸੀਂ ਸਰਕਾਰ ਬਣਾਓਗੇ ਉਹੀ ਚੱਲੂ ਉਹੋ ਜਿਹਾ ਕੰਮ ਹੋਊਗਾ ਬਿਲਕੁਲ ਹੁਣ ਐਨਆਰਆਈ ਭਰਾਵਾਂ ਨਾਲ ਮੇਰੀ ਬੜੀ ਵੈਸ ਚੱਲਦੀ ਰਹੀ ਕਹਿੰਦੇ ਸਰਕਾਰ ਬਣਨ ਦਿਓ ਜੀ ਨੀਤੀਆਂ ਪਾਲਸੀਆਂ ਬਾਅਦ ਚ ਆ ਜਾਣਗੀਆਂ ਬਾਅਦ ਆਉਂਦੀਆਂ ਹੁੰਦੀਆਂ ਨੇ ਤੁਸੀਂ ਤੁਸੀਂ ਸੋਚਦੇ ਹੋ ਕਿ ਨਵਜੋਤ ਸਿੰਘ ਸਿੱਧੂ ਜਿਵੇਂ ਦੇਖਿਆ ਜਾ ਰਿਹਾ ਕਿ ਹੋ ਸਕਦਾ ਹੈ ਕਿ ਉਹ ਮੁੱਖ ਮੰਤਰੀ ਵਜੋਂ ਜਿਹੜਾ ਜੀ ਉਭਰੇ ਉਹ ਕੀ ਕਾਂਗਰਸ ਜਿਹੜੀ ਹੈ ਜੀ ਉਹ ਉਹਨੂੰ ਮੁੱਖ ਮੰਤਰੀ ਵਜੋਂ ਉਭਾਰ ਸਕਦੀ ਜਾਂ ਬਣਾ ਸਕਦੀ ਹੈ ਕੱਲ ਨੂੰ ਸਰਕੂਲਸ ਨਹੀਂ ਬਣਾ ਸਕਦੀ ਹੈ ਜੀ ਕੋਈ ਰੌਲਾ ਨਹੀਂ ਇਸ ਗੱਲ ਦੇ ਵਿੱਚ ਹਿੰਦੂ ਵੋਟ ਬੈਂਕ ਨੂੰ ਕੈਪਟਨ ਕੈਰੀ ਕਰਨ ਲੱਗ ਗਿਆ ਸਿੱਖਾਂ ਨੂੰ ਸਿੱਧੂ ਕਰਨ ਲੱਗ ਗਿਆ ਹੋ ਸਕਦਾ ਲੋਕ ਸਭਾ ਤੇ ਜ਼ਿਆਦਾ ਫਾਇਦਾ ਹੋ ਜੀ ਇਹ ਦੋਹੀ ਗੱਲਾਂ ਦਾ ਉਹਨਾਂ ਨੂੰ ਕਿਉਂਕਿ ਹਾਲੇ ਹਾਲੇ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੀ ਦਾੰ ਖੜਕੂਗੀ ਜਾਂ 19 ਤੋਂ ਪਹਿਲਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੱਕ ਥੱਲ ਹੋ ਜੂ ਮੈਂ ਗਲਤ ਹੋ ਸਕਦਾ ਸਿਆਸੀ ਕਿਆਸ ਰਹੀਆਂ ਲਾਉਣੀਆਂ ਹੈ ਕਈ ਵਾਰ ਨਾ ਜੀ ਦੋ ਦੁਣੀ 18 ਹੋ ਜਾਂਦੇ ਨੇ ਦੋ 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 ਦੁਣੀ 0 ਵੀ ਹੋ ਜਾਂਦਾ ਪਰ ਇੱਕ ਗੱਲ ਬਹੁਤ ਸਾਫ਼ ਆ ਕਾਂਗਰਸ ਨੇ ਇਹ ਫੈਸਲਾ ਕਰ ਲਿਆ ਵੀ ਲੀਡਰਸ਼ਿਪ ਚੇਂਜ ਹੋਣੀ ਆ ਪੁਰਾਣੇ ਚਾਹੇ ਉਹਨੂੰ ਦਿੱਲੀ ਲੈ ਜਾਣ ਚਾਹੇ ਮੁੜ ਕੇ ਭਾਜਪਾ ਦੇ ਕਿਤੇ ਗਵਰਨਰ ਦੇ ਤੇ ਫਿੱਟ ਆ ਜਾਣ ਸਰਕਾਰ ਕਿਹਦੀ ਬਣਨੀ ਹੈ ਬਹੁਤ ਕੁਛ ਗੱਲਾਂ ਨੇ ਜੀ ਆਪਸ਼ਨ ਆ ਬਹੁਤ ਓਪਨ ਨੇ ਪਰ ਪੰਜਾਬ ਦੇ ਵਿੱਚ ਲੀਡਰਸ਼ਿਪ ਦੀ ਅਮਰਿੰਦਰ ਸਿੰਘਾ ਜਿਹੜਾ ਬਸ ਉਹਦਾ ਯੁੱਗ ਬੀਤ ਗਿਆ ਹੁਣ ਲੋਕਾਂ ਦੇ ਮਨਾਂ ਚੋਂ ਵੀ ਬੀਤ ਗਿਆ ਪ੍ਰੈਕਟੀਕਲੀ ਵੀ ਬੀਤ ਗਿਆ ਜੋ ਕੁਛ ਕਰਨਾ ਸੀ ਉਹਨੇ ਆਪਦਾ ਰੋਲ ਨਿਭਾਇਆ ਲਾਸਟ ਜਿਹੜਾ ਜੀ ਤੁਹਾਡਾ ਸਵਾਲ ਪੰਜਾਬ ਦੇ ਵਿੱਚ ਨਵੀਂ ਲੀਡਰਸ਼ਿਪ ਦਾ ਜਿਹੜਾ ਜੀ ਉਹ ਉਭਾਰ ਹੋ ਸਕਦਾ ਕਿਉਂਕਿ ਅਸੀਂ ਉਹ ਪੁਰਾਣੇ ਹੀ ਸੁਣੀ ਜਾਂਦੇ ਹਾਂ ਨਵੀਂ ਲੀਡਰਸ਼ਿਪ ਦਾ ਆਧਾਰ ਨਵੇਂ ਆਈਡੀਆ ਨਾਲ ਹੋਵੇ ਜੀ ਦੇਖੋ ਇੱਕ ਕਯੂਮਨਿਸਟ ਗਰੁੱਪ ਇਹ ਜਿਹੇ ਨੇ ਜੋ ਆਪਣੀ ਸੋਚ ਉਹਨਾਂ ਨੂੰ ਆਪਣੀ ਸੋਚ ਬਦਲਣ ਦੀ ਕਪੈਸਿਟੀ ਹੁੰਨਾ ਚ ਜੋ ਆਪਾ ਪਰਚੋਲ ਕਰ ਲੈਣ ਨਾ ਜੀ ਜੋ ਇਸ ਗੱਲ ਤੇ ਆ ਜਾਣ ਖੁਦਮੁਖਤਿਆਰੀ ਦੀ ਗੱਲ ਫੈਡਰਲਿਜ਼ਮ ਦੀ ਗੱਲ ਧਾਰਮਿਕ ਘੱਟ ਗਿਣਤੀਆਂ ਦੇ ਹੱਕਾਂ ਦੀ ਗੱਲ ਜਾਤ ਕਿਉਂਕਿ ਹੁਣ ਤਾਂ ਇਕੱਲੇ ਜਮਾਤੀ ਘੋੜੇ ਤੇ ਖੜੇ ਨੇ ਹੂੰ ਸੀਮਤ ਹੋਗੇ ਸੀਮਤ ਹੋਗੇ ਜੋ ਆਪਦੇ ਆਪ ਨੂੰ ਚੇਂਜ ਕਰ ਲੈਣ ਤਾਂ ਬੜੇ ਤੇ ਇਕਸਾਰ ਲੜਾਕੇ ਹੋ ਸਕਦੇ ਆ ਜਿਹੜੇ ਦੂਜੇ ਲੀਡਰ ਨੇ ਨਾ ਜੀ ਇੱਕ ਮਸਲੇ ਤੇ ਦੋ ਕਦਮ ਅੱਗੇ ਦੂਜੇ ਦੇ ਦੋ ਕਦਮ ਪਿੱਛੇ ਗਾਂਧੀ ਸਾਹਿਬ ਕਈ ਗੱਲਾਂ ਤੇ ਬਹੁਤ ਗਾਹਾਂ ਲੰਘ ਜਾਂਦੇ ਨੇ ਕਿਸੇ ਗੱਲ ਤੇ ਫਿਰ ਇੱਕ ਕਦਮ ਪਿੱਛੇ ਆ ਜਾਂਦੇ ਨੇ ਖੈਰਾ ਸਾਹਿਬ ਕਈ ਵਾਰ ਬਹੁਤ ਲੰਘ ਜਾਂਦੇ ਨੇ ਮੁੜ ਕੇ ਐ ਲੱਗਦਾ ਵੀ ਉਹ ਸੇ ਘਰੇ ਚ ਕਬੱਡੀ ਪਾ ਰਹੇ ਨੇ ਸੋ ਇੱਕ ਟੋਟਲ ਦ੍ਰਿਸ਼ ਜੋ ਗਾਂਧੀ ਸਾਹਿਬ ਕਹਿੰਦੇ ਨੇ ਨਾ ਜੀ ਵੀ 70 ਸਾਲਾਂ ਦੇ ਫਰੇਮਵਰਕ ਚੋਂ ਨਿਕਲਣ ਦੀ ਲੋੜ ਆ ਫਰੇਮਵਰਕ ਆ ਤੁਹਾਡਾ ਥਾਟ ਪੈਟਰਨ ਸੋਚਣ ਦਾ ਤਰੀਕਾ ਪਰ ਐਡਾ ਸੌਖਾ ਨਹੀਂ ਨਿਕਲ ਸਕਦਾ ਬੜਾ ਬੜਾ ਕਰਣਾ ਸੰਘਰਸ਼ ਤੇ ਉਹਦੇ ਵਿੱਚ ਜਿਹੜੀ ਲੀਡਰਸ਼ਿਪ ਲੜੂਗੀ ਖਾਸ ਕਰਕੇ ਪੂਰਮੰਤਰੀਕੇ ਨਾਲ ਬਿਲਕੁਲ ਬਿਲਕੁਲ ਪੂਰਮੰਤਰੀਕਾ ਜਿਹੜਾ ਜਦੋਂ ਤੁਸੀਂ ਤੋਂ ਡਿਵੀਏਟ ਕਰੋਗੇ ਅੱਜ ਦੇ ਯੁੱਗ ਵਿੱਚ ਤੁਸੀਂ ਆ ਦਿੱਲੀ ਤੋਂ ਵੀ ਡਿਵੀਏਟ ਬਹੁਤ ਬਹੁਤ ਵਧੀਆ ਕਰਕੇ ਪਾਕਿਸਤਾਨ ਨਾਲ ਸਾਨੂੰ ਸ਼ਾਂਤੀ ਦੀ ਲੋੜ ਆ ਤਾਂ ਕਿ ਇੱਥੇ ਵੀ ਸ਼ਾਂਤੀ ਬਰਕਰਾਰ ਰਹੇ ਤੁਸੀਂ ਵਧੀਆ ਜਿਹੜਾ ਜੀ ਉਹ ਕਨਕਲੂਡ ਕੀਤਾ ਕਿ ਪੁਰਮਨ ਜਿਹੜਾ ਜੀ ਉਤਰੀਕੇ ਨਾਲ ਬੜੀ ਮਿਹਰਬਾਨੀ ਮਾਲਵਿੰਦਰ ਸਿੰਘ ਜੀ ਤੁਸੀਂ ਪ੍ਰੋਗਰਾਮ ਚ ਆਏ ਔਰ ਬੜੀਆਂ ਬੇਬਾਕ ਟਿੱਪਣੀਆਂ ਜਿਹੜੀਆਂ ਜੀ ਕੀਤੀ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਸੀਂ ਵੀ ਸਰਵਾਨੇ ਮੈਨੂੰ ਮਿਲਾਇਆ ਜੀ ਬਹੁਤ ਬਹੁਤ ਧੰਨਵਾਦ ਇਹ ਮਾਲਵਿੰਦਰ ਸਿੰਘ ਵਾਲੀ ਜਿਹੜੇ ਕਿ ਰਾਜਨੀਤਿਕ ਟਿੱਪਣੀ ਕਰਨੇ ਔਰ ਜਿਹੜੀ ਲਾਸਟ ਉਹਨਾਂ ਨੇ ਗੱਲ ਜਿਹੜੀਆਂ ਇੱਕ ਤੋਂ ਕਈਆਂ ਦੀ ਉਹ ਬਹੁਤ ਕਮਾਲ ਦੀ ਆ ਕਿ ਜਿਵੇਂ ਜਾਣਾ ਕਿਵੇਂ ਆ ਕੜਿਆਂ ਦੇ ਵਿੱਚੋਂ ਪੁਰਾਣੇ ਲੰਘਦੇ ਹੁੰਦੇ ਸੀ ਦੋ ਦੋ ਜਾਣੇ ਪੰਜਾਬ ਉਸ ਆਈ ਥਿੰਕ ਕੜੇ ਦੇ ਰੂਪ ਦੇ ਵਿੱਚ ਉਲੜਾ ਦੀ ਉਹ ਲੰਘ ਰਿਹਾ ਐ ਇਸ ਵੇਲੇ ਦੇਖਦੇ ਆ ਪੰਜਾਬ ਹਮੇਸ਼ਾ ਜਿਹੜਾ ਦੀ ਉਹ ਸੰਘਰਸ਼ਾਂ ਦੇ ਵਿੱਚੋਂ ਲੰਘਦਾ ਰਿਹਾ ਔਰ ਜਿੱਤਦਾ ਵੀ ਜਿਹੜਾ ਦੀ ਉਹ ਰਿਹਾ ਔਰ ਸਮੁੱਚੇ ਪੰਜਾਬੀ ਜਿਹੜੇ ਨੇ ਸ਼ਾਇਦ ਇਸ ਵੇਲੇ ਦੇਖ ਰਹੇ ਨੇ ਪੰਜਾਬ ਵੱਲ ਨੂੰ ਕਿ ਕੀ ਨਵਾਂ ਕੁਝ ਜਿਹੜਾ ਦੀ ਉਹ ਆਉਂਦਾ ਤਬਦੀਲੀ ਦੇ ਰੂਪ ਦੇ ਵਿੱਚ ਬਹੁਤ ਮਿਹਰਬਾਨੀ ਪ੍ਰੋਗਰਾਮ ਵੇਖਣ ਦੇ ਵਾਸਤੇ ਔਰ ਮੇਰਾ ਤੁਹਾਡੀ ਮੁਲਾਕਾਤ ਜਿਹੜੀ ਅਗਲੇ ਹਫਤੇ ਇੱਕ ਵਾਰੀ ਫੇਰ ਇੱਕ ਹੋਰ ਸ਼ਖਸੀਅਤ ਦੇ ਨਾਲ ਹੋਗੀ ਤਦ ਤੱਕ ਲਈ ਜਾਂਦੇ ਹੋ ਜੀ ਧੰਨਵਾਦ ਸਤਿ ਸ੍ਰੀ ਅਕਾਲ